ਪੰਜਾਬ ਦੇ ਮਾਲਵਾ ਇਲਾਕੇ ਦੇ ਜ਼ਿਲ੍ਹਾ ਫਰੀਦਕੋਟ ਦਾ ਮੰਡੀ ਕਰਕੇ ਜਾਣਿਆ ਜਾਂਦਾ ਕਸਬਾ ਜੈਤੋ ਭਾਵ ਜੈਤੋ ਮੰਡੀ। ਇਸ ਮੰਡੀ ਵਿੱਚ 10 ਜਨਵਰੀ 1933 ਨੂੰ ਪਿਤਾ ਸਰਦਾਰ ਜਗਤ ਸਿੰਘ ਅਤੇ ਮਾਤਾ ਸ਼੍ਰੀਮਤੀ ਨਿਹਾਲ ਕੌਰ ਦੇ ਘਰ ਇੱਕ ਬਾਲਕ ਨੇ ਜਨਮ ਲਿਆ। ਦੋ ਪਰਿਵਾਰਾਂ ਦਾ ਪਹਿਲਾ ਚਿਰਾਗ। ਅਜੇ ਉਹ ਮਸਾਂ 1.5-2 ਸਾਲ ਦਾ ਹੀ ਹੋਇਆ ਸੀ ਕਿ ਸੋਕੜੇ ਦੀ ਬਿਮਾਰੀ ਨਾਲ ਹੱਡੀਆਂ ਦੀ ਮੁੱਠ ਰਹਿ ਗਿਆ। ਪਰ ਕਿਉਂਕਿ ਉਹ ਦੋ ਪਰਿਵਾਰਾਂ ਦਾ ਪਹਿਲਾ ਚਿਰਾਗ ਸੀ, ਇਸ ਕਰਕੇ ਉਸਨੂੰ ਸਿਹਤਯਾਬ ਕਰਨ ਲਈ ਕੋਈ ਵੈਦ ਜਾਂ ਹਕੀਮ ਨਾ ਛੱਡਿਆ ਗਿਆ। ਸਿਰੜੀ, ਖੁਦਾਰ ਤੇ ਹੱਠੀ ਜਿਹੇ ਸੁਭਾਅ ਦਾ ਮਾਲਕ ਇਹ ਬਾਲਕ ਜਦ ਪਰਿਵਾਰਕ, ਸਮਾਜਿਕ ਤੇ ਆਰਥਿਕ ਹਾਲਾਤਾਂ ਵਿੱਚੋਂ ਸਫਲਤਾਪੂਰਵਕ ਉੱਭਰ ਕੇ ਆਪਣੇ ਅਹਿਸਾਸਾਂ ਤੇ ਜਜ਼ਬਾਤਾਂ ਨੂੰ ਕਾਗਜ਼ ਦੀ ਹਿੱਕ ਤੇ ਉਲੀਕਣ ਲੱਗਿਆ ਤਾਂ ਪੰਜਾਬੀ ਸਾਹਿਤ ਦੇ ਆਕਾਸ਼ ਵਿੱਚ ਪੁੰਨਿਆਂ ਦੇ ਚੰਦ ਵਾਂਗ ਚਮਕਿਆ। ਤੇ ਉਹ ਭਲਾ ਜਿਹਾ ਨਾਂ ਹੈ ਪ੍ਰੋਫੈਸਰ ਗੁਰਦਿਆਲ ਸਿੰਘ। ਪ੍ਰੋਫੈਸਰ ਗੁਰਦਿਆਲ ਸਿੰਘ ਜੀ, ਪੰਜਾਬੀ ਸਾਹਿਤ ਵਿੱਚ ਇੱਕ ਮਾਣਯੋਗ ਅਤੇ ਸਨਮਾਨਯੋਗ ਨਾਮ, ਜਿਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ, ਸੋਵੀਅਤ ਨਹਿਰੂ ਅਵਾਰਡ, ਗਿਆਨਪੀਠ ਅਤੇ ਪਦਮ ਸ਼੍ਰੀ ਜਿਹੜੇ ਸਨਮਾਨ ਹੈ ਉਹ ਮਿਲ ਚੁੱਕੇ ਨੇ। ਸੋ ਦੋਸਤੋ, ਅੱਜ ਅਸੀਂ ਉਹਨਾਂ ਦੇ ਗ੍ਰਹਿ ਜੈਤੋ ਵਿਖੇ ਆਏ ਹੋਏ ਹਾਂ ਅਤੇ ਆਓ ਉਹਨਾਂ ਦੀ ਜ਼ਿੰਦਗੀ ਬਾਰੇ ਚਰਚਾ ਕਰੀਏ ਔਰ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੇ ਬਿਤਾਏ ਇਹਨਾਂ ਸਾਲਾਂ ਬਾਰੇ ਔਰ ਉਹਨਾਂ ਦੇ ਖੱਟੇ ਮਿੱਠੇ ਤਜ਼ਰਬਿਆਂ ਬਾਰੇ ਗੱਲਬਾਤ ਕਰੀਏ। ਪ੍ਰੋਫੈਸਰ ਸਾਹਿਬ, ਜਦੋਂ ਤੁਹਾਡਾ ਜਨਮ ਹੋਇਆ ਹੈ ਉਸ ਸਮੇਂ ਦੇ ਪੰਜਾਬ ਦੇ ਔਰ ਪਰਿਵਾਰਕ ਜੋ ਹਾਲਾਤ ਸਨ ਉਹ ਕਿਹੜੇ ਹਾਲਾਤ ਸੀਗੇ ਜਿਨ੍ਹਾਂ ਨੇ ਤੁਹਾਨੂੰ ਅੱਜ ਤੱਕ ਜੋ ਇੰਨਾ ਉੱਚਾ ਮੁਕਾਮ ਹੈ ਇਸ ਤੱਕ ਬਣਾਇਆ, ਉਹ ਕਿਹੜਾ ਮਾਹੌਲ ਸੀ? ਅਸੀਂ ਉਸ ਬਾਰੇ ਜਾਣਨਾ ਚਾਹਾਂਗੇ ਕਿ ਆਪਣੇ ਸ਼ੁਰੂਆਤੀ ਜਿਹੜੇ ਹੈਗੇ ਦਿਨ ਉਹਨਾਂ ਬਾਰੇ ਸਾਨੂੰ ਦੱਸੋ। ਉਹ ਮਾਹੌਲ ਤਾਂ ਬਿਲਕੁਲ ਸਧਾਰਨ ਸੀ। ਆਹ ਜਿਹੜੇ ਏਰੀਏ 'ਚ ਅਸੀਂ ਬੈਠੇ ਹਾਂ ਹੁਣ, ਮੇਰੀ ਸੁਰਤ ਦੇ ਵਿੱਚ ਇਹ ਬਿਲਕੁਲ ਬੇਆਬਾਦ ਇਲਾਕਾ ਸੀ। ਮੇਰੀ ਸੁਰਤ ਦੇ ਵਿੱਚ ਹੀ ਇੱਥੇ ਗਲੀ 'ਚ ਮਕਾਨ ਬਣੇ,
ਹੋਰ ਡਿਵੈਲਪਮੈਂਟ ਹੋਈ। ਜਿੱਥੋਂ ਤੱਕ ਮਾਹੌਲ ਦਾ ਤਾਲੁਕ ਹੈ, ਉਹ ਮੈਨੂੰ ਕੋਈ ਬਣਿਆ ਬਣਾਇਆ ਜਾਂ ਸਾਹਿਤ ਪ੍ਰਤੀ ਲਗਨ ਪੈਦਾ ਕਰਨ ਵਾਲਾ ਕੋਈ ਵੀ ਉਸ ਵਿੱਚ ਅਜਿਹੀ ਅੰਸ਼ ਨਹੀਂ ਸੀ ਕਿ ਮੈਂ ਬਚਪਨ ਦੇ ਵਿੱਚ ਹੀ ਸੋਚਣ ਲੱਗ ਪੈਂਦਾ ਜਾਂ ਫਿਰ ਪੜ੍ਹਨ ਲਿਖਣ ਲੱਗ ਪੈਂਦਾ। ਸਿਆਲਾਂ ਦੀਆਂ ਰਾਤਾਂ ਸਮੇਂ ਰਜਾਈ ਦੇ ਨਿੱਘ ਵਿੱਚ ਪਿਤਾ ਵੱਲੋਂ ਸੁਣਾਏ ਕਿੱਸੇ ਤੇ ਬਾਤਾਂ ਗੁਰਦਿਆਲ ਦੇ ਬਾਲ ਮਨ ਤੇ ਡੂੰਘਾ ਪ੍ਰਭਾਵ ਛੱਡਦੇ ਗਏ ਤੇ ਉਹ ਸਾਹਿਤ ਦੇ ਖੇਤਰ ਵਿੱਚ ਮੁੱਲਵਾਨ ਕਿਰਤਾਂ ਦਿੰਦਾ ਗਿਆ। ਉਸਦੀ ਕੋਈ ਵੀ ਕਿਰਤ ਅਜਿਹੀ ਨਹੀਂ ਹੈ ਜਿਸਦਾ ਪਾਠਕਾਂ ਜਾਂ ਆਲੋਚਕਾਂ ਵੱਲੋਂ ਨੋਟਿਸ ਨਾ ਲਿਆ ਗਿਆ ਹੋਵੇ। ਬਚਪਨ ਵਿੱਚ ਛੱਪੜਾਂ ਵਿੱਚ ਨਹਾਉਂਦੇ ਦਰਖਤਾਂ ਤੇ ਛੂਣ ਛਲਾਕੀ ਖੇਡਦੇ ਗੁਰਦਿਆਲ ਨੂੰ ਤੇ ਉਸਦੇ ਹੋਰ ਸਾਥੀਆਂ ਨੂੰ ਮਾਪਿਆਂ ਨੇ ਸਕੂਲ ਪੜ੍ਹਨੇ ਪਾ ਦਿੱਤਾ। ਮਾਨੋ ਆਜ਼ਾਦੀ ਖਤਮ ਹੋ ਗਈ ਤੇ ਅੱਖੜ ਕਿਸਮ ਦੇ ਅਧਿਆਪਕ ਜੋ ਡੰਡਿਆਂ ਦੀ ਭਾਸ਼ਾ ਵਧੇਰੇ ਵਰਤਦੇ ਨਾਲ ਵਾਹ ਪੈ ਗਿਆ। ਗੱਲ ਮੈਨੂੰ ਬੜੀ ਭਾਵੁਕ ਹੋ ਜਾਂਦਾ ਮੈਂ ਕਿ ਪੰਜਵੀਂ ਤੱਕ ਮੈਂ ਪੜ੍ਹਾਈ ਤੋਂ ਡਰਦਾ। ਅੱਛਾ ਜੀ। ਬਈ ਬੜਾ ਔਖਾ ਕੰਮ ਹੈ, ਕਿਤਾਬਾਂ ਚੱਕੋ, ਕਾਪੀਆਂ ਲਓ, ਸਲੇਟਾਂ ਲਓ, ਫਿਰ ਜੇ ਗਲਤ ਲਿਖਿਆ ਗਿਆ ਤਾਂ ਮਾਸਟਰਾਂ ਕੋਲ ਡੰਡੇ ਹੁੰਦੇ। ਜਦੋਂ ਸਾਡੇ ਇੱਥੇ ਮਿਡਲ ਸਕੂਲ ਹੁੰਦਾ ਸੀ, ਮੰਡੀ ਛੋਟੀ ਹੋਣ ਕਰਕੇ ਨਾਭਾ ਰਿਆਸਤ ਦਾ ਏਰੀਆ ਸੀ ਇਹ, ਅਤੇ ਇੱਥੇ ਛੋਟਾ ਜਿਹਾ ਸਕੂਲ ਸੀ ਜਿਹੜਾ 1926-27 'ਚ ਬਣਿਆ ਸੀ, ਉਹ ਮਿਡਲ ਸਕੂਲ ਸੀ ਜੀ। ਪ੍ਰੋਫੈਸਰ ਗੁਰਦਿਆਲ ਸਿੰਘ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਘਰ ਦੇ ਸਾਹਮਣੇ ਸਰਦਾਰਾਂ ਦੇ ਮਕਾਨ ਵਿੱਚ ਰਹਿੰਦੇ ਮਾਸਟਰ ਮਦਨ ਮੋਹਨ ਸ਼ਰਮਾ ਦਾ ਜ਼ਿਕਰਯੋਗ ਯੋਗਦਾਨ ਹੈ। ਇਹ ਉਹੀ ਸ਼ਖਸ ਸੀ ਜਿਸ ਦੇ ਹਰ ਦਮ ਟੋਕਣ 'ਤੇ ਪਰਿਵਾਰ ਵੱਲੋਂ ਗੁਰਦਿਆਲ ਨੂੰ ਸਕੂਲ ਪੜ੍ਹਨ ਲਗਾਇਆ ਗਿਆ ਅਤੇ ਸ਼ਾਮ ਵੇਲੇ ਉਸਨੇ ਹੀ ਗੁਰਦਿਆਲ ਨੂੰ ਪੜ੍ਹਾਇਆ, ਜਿਸ ਦੀ ਬਦੌਲਤ ਉਸਨੇ ਮੈਟ੍ਰਿਕ ਤੋਂ ਲੈ ਕੇ MA ਤੱਕ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਅਤੇ ਉਹ ਯੂਨੀਵਰਸਿਟੀ ਦਾ ਪ੍ਰੋਫੈਸਰ ਬਣ ਕੇ ਰਿਟਾਇਰ ਹੋਇਆ। ਮਾਸਟਰ ਸਾਡੇ ਤਾਏ ਜੀ ਨੂੰ ਵਾਰ ਵਾਰ ਕਹਿਣ ਲੱਗ ਗਏ, ਮੇਰੀ ਇੱਛਾ ਵੀ ਇਹਨੂੰ ਤੁਸੀਂ ਸਕੂਲ 'ਚ ਪੜ੍ਹਾਓ ਜੀ। ਉਹ ਸਾਡੇ ਪਰਿਵਾਰ ਦੇ ਮੁਖੀ ਸਾਡੇ ਤਾਏ ਜੀ ਸੀ ਜੀ। ਸਾਡੇ ਫਾਦਰ ਦੀ ਮੈਰਿਜ ਵੀ ਉਹਨਾਂ ਨੇ ਕੀਤੀ, ਬਾਅਦ ਵਿੱਚ ਕੰਮ ਵੀ ਆਪਦੇ ਨਾਲ ਕਰਾਉਂਦੇ ਰਹੇ। ਜਿਹੜੇ ਉਹ ਸਾਰੀ ਫੈਮਿਲੀ ਦੇ ਸਾਡੇ ਦੋ ਹੀ ਭਰਾ ਸੀ ਮੇਰੇ ਫਾਦਰ ਅਤੇ ਚਾਚਾ ਜੀ ਜੀ।
ਉਹ ਕੰਮ ਧੰਦੇ ਦਾ ਬਾਕੀ ਜ਼ਿੰਮੇਵਾਰੀਆਂ ਦਾ ਸਾਰਾ ਬੋਝ ਸੀ ਜਿਹੜਾ ਉਹ ਸਾਡੇ ਤਾਇਆ ਜੀ ਦੇ ਉੱਤੇ ਸੀ ਜੀ। ਉਹਨਾਂ ਨੇ ਪੁੱਛਿਆ, ਮੇਰੇ ਫਾਦਰ ਨੂੰ ਨਹੀਂ ਪੁੱਛਿਆ ਜੀ। ਸਾਡੇ ਤਾਇਆ ਜੀ ਕਹਿਣ ਲੱਗੇ, ਕਹਿੰਦੇ ਮਾਸਟਰ ਜੀ ਤੁਹਾਨੂੰ 24 ਘੰਟੇ ਇਹ ਬਿਪਤਾ ਲੱਗੀ ਰਹਿੰਦੀ ਹੈ ਵੀ ਕਿਤੇ ਬਦਲੀ ਨਾ ਕਰਦੇ ਸਰਕਾਰ ਜੀ, ਫਿਰ ਪਤਾ ਨਹੀਂ ਕਿੱਥੇ ਸਿੱਟੂਗੀ, ਭਾਂਡੇ ਚੱਕੋਗੇ, 60 ਰੁਪਈਏ ਤੁਹਾਨੂੰ ਤਨਖਾਹ ਮਿਲਦੀ ਹੈ ਅਤੇ ਕੀ ਕਰੋਂਗੇ, ਅਤੇ ਜੇ ਅਸੀਂ ਇਹਨੂੰ ਪੜ੍ਹਾ ਵੀ ਲਈਏ ਤਾਂ ਤੁਹਾਡੇ ਵਾਂਗੂ ਇਹ ਵੱਧ ਤੋਂ ਵੱਧ ਮਾਸਟਰ ਬਣ ਜਾਓ ਜਾਂ ਕੋਈ ਬਾਹੂ ਬਣ ਜਾਓ, ਅਤੇ ਸਾਡਾ ਕੰਮ ਹੈ ਜਿਹੜਾ ਉਹਦਾ ਸ਼ਾਹੀ ਕੰਮ ਹੈ, ਲੋਕ ਨਾਲੇ ਮਿੰਨਤਾਂ ਕਰਦੇ ਨਾਲੇ ਪੈਸੇ ਦਿੰਦੇ, ਇਸ ਕਰਕੇ ਮੈਂ ਨਹੀਂ ਪੜ੍ਹਾਉਣਾ। ਪਰ ਉਹ ਬੜੇ ਸਿਆਣੇ ਸੀ, ਪਰਿਵਾਰ ਦੇ ਨੇੜੇ ਸੀ, ਉਹਨਾਂ ਨੇ ਸਾਡੇ ਤਾਏ ਨੂੰ ਵੀ ਮੇਰੇ ਫਾਦਰ ਨੂੰ ਵੀ ਇੰਨੀ ਚੰਗੀ ਤਰ੍ਹਾਂ ਸਮਝਾਇਆ ਕਿ ਉਹਨਾਂ ਨੇ ਮੈਨੂੰ ਸਕੂਲ 'ਚ ਦਾਖਲ ਕਰ ਲਿਆ ਜੀ। ਪ੍ਰੋਫੈਸਰ ਗੁਰਦਿਆਲ ਸਿੰਘ ਦੇ ਪਿਤਾ ਅਤੇ ਤਾਇਆ ਜਦ ਅਲੱਗ ਅਲੱਗ ਹੋ ਗਏ ਤਾਂ ਗੁਰਦਿਆਲ ਨੂੰ ਉਸਦੇ ਪਿਤਾ ਨੇ ਪੜ੍ਹਨੋਂ ਹਟਾ ਲਿਆ ਅਤੇ ਆਪਣੇ ਨਾਲ ਕਾਰੀਗਰੀ ਕਰਨ ਲਗਾ ਲਿਆ। ਭਾਰੀ ਹਥੌੜੇ ਨਾਲ ਕੰਮ ਕਰਨ ਕਰਕੇ ਉਸਦੀ ਸੱਜੀ ਬਾਂਹ 1 ਇੰਚ ਲੰਬੀ ਹੋ ਗਈ, ਜੋ ਅੱਜ ਵੀ ਇਸੇ ਤਰ੍ਹਾਂ ਹੈ। ਇਹ ਉਹੀ ਸਮਾਂ ਸੀ ਜਦੋਂ ਗੁਰਦਿਆਲ ਦਾ ਮਨ ਜ਼ਿੰਦਗੀ ਤੋਂ ਵੀ ਅਤੇ ਗੁਰੂ ਘਰ ਘਰ ਦੇ ਕੀਰਤਨ ਤੋਂ ਵੀ ਉਚਾਟ ਰਹਿਣ ਲੱਗ ਪਿਆ ਸੀ। ਛੇਵੀਂ ਜਮਾਤ 'ਚ ਆ ਕੇ ਸਾਡੇ ਫਾਦਰ ਹੋਰੀ ਸਾਡੇ ਤਾਇਆ ਜੀ ਤੋਂ ਵੱਖਰੇ ਹੋ ਗਏ ਜੀ। ਉਹ ਲੰਮੀ ਕਹਾਣੀ ਹੈ ਜੀ। ਅੱਛਾ, ਵੱਖਰੇ ਹੋਣ ਤੋਂ ਬਾਅਦ ਉਹਨਾਂ ਨੂੰ ਇਕੱਲਿਆਂ ਨੂੰ ਕੰਮ ਕਰਨਾ ਪਿਆ ਜੀ। ਤਾਂ ਇਕੱਲਿਆਂ ਕੁਛ ਕੰਮ ਐਸੇ ਹੁੰਦੇ ਜਿਹੜਾ ਇਕੱਲਾ ਬੰਦਾ ਕਰ ਨਹੀਂ ਸਕਦਾ, ਜਿਵੇਂ ਹੁਣ ਸਾਡੇ ਇੱਕ ਆਰੀਆਂ ਹੁੰਦੀਆਂ ਜਿਨ੍ਹਾਂ ਨੂੰ ਦੋ ਬੰਦੇ ਖਿੱਚਦੇ ਆ, ਹਾਂਜੀ, ਇੱਕ ਅੱਗੇ ਲੱਗ ਜਾਂਦਾ ਇੱਕ ਪਿੱਛੇ, ਅਤੇ ਇਸ ਤਰ੍ਹਾਂ ਸਾਰੇ ਜ਼ੋਰ ਨਾਲ ਫਿਰ ਲੱਕੜ ਨੂੰ ਚੀਰਦੇ ਹਾਂ ਜੀ। ਅੱਛਾ, ਕੁਛ ਚੀਜ਼ਾਂ ਸੰਦ ਐਸੇ ਹੁੰਦੇ ਆ ਜਿਵੇਂ ਲੱਕੜ ਹੈਗੀ ਉਹਨੂੰ ਰੰਦਣਾ ਹੈ ਤਾਂ ਉਹ ਵੱਡਾ ਰੰਦਾ ਹੁੰਦਾ ਸੀ ਜੀ, ਉਹ ਇੱਕ ਬੰਦਾ ਉਹਨੂੰ ਪਿੱਛੋਂ ਧੱਕਦਾ ਸੀ ਅਤੇ ਉਹਨੂੰ ਫੜ ਕੇ ਖਿੱਚਦਾ ਸੀ ਜੀ। ਤਾਂ ਇਹੋ ਜਿਹੇ ਕੰਮ ਉਹ ਕਰ ਨਹੀਂ ਸੀ ਸਕਦੇ ਇਕੱਲੇ ਜੀ। ਉਹਨਾਂ ਨੇ ਸਾਡੇ ਹੈੱਡ ਮਾਸਟਰ ਨੂੰ ਕਿਹਾ ਕਿ ਜੀ ਮੈਂ ਹੁਣ ਇਹਨੂੰ ਨਹੀਂ ਪੜ੍ਹਾ ਸਕਦਾ ਜੀ, ਇਹ ਤੋਂ ਛੋਟਾ ਜਿਹੜਾ 4 ਸਾਲ ਉਹ ਜੇ ਕੰਮ ਕਰਨ ਨਹੀਂ ਜਾਣਦਾ ਜਾਂ ਸਿੱਖਿਆ ਨਹੀਂ ਜਾਂ ਕਰਨ ਯੋਗਾ ਨਹੀਂ ਜੀ, ਇਸ ਕਰਕੇ ਮੈਂ ਨਹੀਂ ਪੜ੍ਹਾਉਣਾ ਇਹਨਾਂ ਨੂੰ ਅਤੇ ਤੁਸੀਂ ਇਹਦਾ ਨਾਂ ਕੱਟ ਦਿਓ ਜੀ। ਜਦੋਂ ਹਾਜ਼ਰੀ ਬੋਲਦਾ ਸੀ ਟੀਚਰ ਉਦੋਂ ਮੇਰਾ ਨਾਂ ਨਹੀਂ ਸੀ ਬੋਲਦਾ ਜੀ। ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਜੀ ਤੁਸੀਂ ਮੇਰਾ ਨਾਂ ਕਿਉਂ ਨਹੀਂ ਬੋਲਦੇ, ਕਿਉਂਕਿ 3-4 ਟੀਚਰ ਪੜ੍ਹਾਉਂਦੇ ਸੀ ਸਾਨੂੰ, ਇੱਕ ਅੰਗਰੇਜ਼ੀ ਦਾ, ਇੱਕ ਹਿਸਾਬ ਦਾ, ਇੱਕ ਜੋਗ੍ਰਾਫੀ ਦਾ। ਉਹ ਕਹਿੰਦੇ ਤੇਰਾ ਤਾਂ ਨਾਂ ਕੱਟਿਆ ਹੋਇਆ ਜੀ। ਮੈਂ ਹੈਰਾਨ ਹੋ ਗਿਆ, ਮੈਂ ਉਹਨਾਂ ਕੋਲ ਹੈੱਡ ਮਾਸਟਰ ਕੋਲ ਚਲਿਆ ਗਿਆ। ਮੈਂ ਕਿਹਾ ਜੀ ਬੱਟਾ ਜੀ ਕਹਿੰਦੇ ਵੀ ਤੇਰਾ ਨਾਂ ਕੱਟਿਆ ਗਿਆ। ਉਹ ਚੁੱਪ ਕਰ ਗਏ, ਕਹਿੰਦੇ ਹਾਂ ਨਾਂ ਕੱਟਿਆ ਸੀ, ਐਂ ਕਰ ਤੂੰ ਅਰਜ਼ੀ ਲਿਖ ਲਿਆ ਅਤੇ ਆਪਦੇ ਪਿਤਾ ਜੀ ਦੇ ਦਸਤਖਤ ਕਰਾ ਲਿਆ ਜੀ। ਉਹ ਪੰਜਾਬੀ ਪੜ੍ਹੇ ਹੋਏ ਸੀਗੇ, ਥੋੜ੍ਹੀ ਬਹੁਤ ਦਸਤਖਤ ਹੀ ਕਰ ਸਕਦੇ ਸੀ ਜੀ। ਉਦੋਂ ਉਰਦੂ ਮੀਡੀਅਮ ਹੁੰਦਾ ਸੀਗਾ
ਪੜ੍ਹਾਈ ਦਾ। ਮੈਂ ਘਰ ਨਹੀਂ ਆਇਆ, ਬਾਹਰ ਕਿਤੇ ਬੈਠ ਕੇ ਨਾ ਹਾਂਜੀ ਮੈਂ ਉਰਦੂ ਚਰਜੀ ਲਿਖਦੀ। ਠੀਕ, ਹੁਣ ਸਾਡੇ ਪਿਤਾ ਜੀ ਦਸਤਖਤ ਹੋਣੇ ਆ ਉਹਦੇ 'ਤੇ, ਉਹ ਜਿਵੇਂ ਦਸਤਖਤ ਕਰਦੇ ਸੀ ਨਾ ਪੰਜਾਬੀ 'ਚ, ਉਸੇ ਤਰ੍ਹਾਂ ਦੀ ਨਕਲ ਮੈਂ ਕਰਨੀ। ਜਿਵੇਂ ਅਨਪੜ੍ਹ ਬੰਦਾ ਜੱਜਾ ਹੋਰ ਤਰ੍ਹਾਂ ਪਾਉਂਦਾ ਉਹਨੇ ਦਸਤਖਤ ਕਰਕੇ, ਤੇ ਮੈਂ ਉਹ ਐਪਲੀਕੇਸ਼ਨ ਲੈ ਗਿਆ। ਉਹਨਾਂ ਨੂੰ ਪਤਾ ਸੀ ਵੀ ਇਹਨੇ ਫਾਦਰ ਨੇ ਮੈਨੂੰ ਇੰਨਾ ਕਿਹਾ ਕਿ ਵੀ ਮੈਂ ਬਿਲਕੁਲ ਪੜ੍ਹਾਉਣਾ ਹੀ ਨਹੀਂ ਹੈ। ਉਹ ਬੜੀ ਦੁਬਧਾ 'ਚ ਪੈ ਗਏ। ਅਖੀਰ ਐਪਲੀਕੇਸ਼ਨ ਦੇਖ ਕੇ ਮੈਨੂੰ ਕਹਿੰਦੇ ਆਹ ਦਸਤਖਤ ਕੀਤੇ ਆ। ਮੈਂ ਕਿਹਾ ਜੀ ਚਾਚਾ ਜੀ ਰਿਵਾਜ ਨਾ ਆਪਣੇ ਸਾਡੇ ਇੱਧਰ ਵੀ ਹੈਗਾ ਵੀ ਵੱਡੇ ਭਰਾ ਦੇ ਬੱਚੇ ਆ ਜਿਹੜੇ ਛੋਟੇ ਨੂੰ ਚਾਚਾ ਕਹਿਣ ਲੱਗ ਜਾਂਦੇ। ਅੱਛਾ, ਉਹਦੇ ਬੱਚੇ ਵੀ ਆ ਜਿਹੜੇ ਉਹਨਾਂ ਦੀ ਰੀਸ ਨਾਲ ਚਾਚਾ ਕਹਿਣ ਲੱਗ ਜਾਂਦੇ। ਮੈਂ ਕਿਹਾ ਚਾਚਾ ਜੀ, ਉਹ ਐਪਲੀਕੇਸ਼ਨ ਦੇ ਕੇ ਮੈਨੂੰ ਕਹਿੰਦੇ ਜਾ ਐਂ ਕਰ, ਉਹਨਾਂ ਨੂੰ ਸੱਦ ਕੇ ਲਿਆ। ਅੱਛਾ ਜੀ, ਮੇਰਾ ਰੋਣ ਨਿਕਲ ਗਿਆ। ਪਰ ਉਹ ਉਸ ਬੰਦੇ ਦੀ ਜੋ ਕੁਛ ਵੀ ਮੈਂ ਅੱਜ ਹਾਂ ਜੀ, ਉਹਦੇ ਵਿੱਚ ਸਭ ਤੋਂ ਵੱਧ ਹਿੱਸਾ ਉਹਨਾਂ ਦਾ। ਕਿਉਂਕਿ ਜਦੋਂ ਮੈਂ ਬਾਹਰ ਨਿਕਲ ਰਿਹਾ ਸੀ ਉਹਨਾਂ ਦੇ ਕਮਰੇ ਤੋਂ ਹਾਂਜੀ, ਉਦੋਂ ਉਹ ਮੂੰਹ ਪਾਸੇ ਕਰਕੇ ਰੁਮਾਲ ਨਾਲ ਅੱਖਾਂ ਪੂੰਝ ਰਹੇ ਸੀ। ਕੌਣ ਇਹੋ ਜਿਹੀ ਗੱਲ ਸੋਚਦਾ, ਕਿਸੇ ਟੀਚਰ ਨੂੰ ਕੀ ਪਈ ਹੈ, ਕੋਈ ਪੜ੍ਹ ਆ ਗਿਆ, ਕੋਈ ਜਾਣਦਾ ਨਾ ਜੀ। ਅੱਛਾ, ਉਹਨਾਂ ਦੇ ਮੇਰੇ 'ਤੇ ਬਹੁਤ ਅਸਰ ਪਿਆ। ਪ੍ਰੋਫੈਸਰ ਗੁਰਦਿਆਲ ਸਿੰਘ ਪਿਤਾ ਨਾਲ ਦਾਜ ਵਾਲੇ ਸੰਦੂਕ, ਗੱਡਿਆਂ ਦੀਆਂ ਜੋੜੀਆਂ ਅਤੇ ਪਾਣੀ ਵਾਲੀਆਂ ਟੈਂਕੀਆਂ ਬਣਾਉਂਦਾ ਮੁਸ਼ਕਤ ਕਰਦਾ ਰਿਹਾ, ਪਰ ਪੜ੍ਹਨ ਅਤੇ ਲਿਖਣ ਦੇ ਉਸਦੇ ਸ਼ੌਕ ਨੇ ਉਸਨੂੰ ਇਸ ਕੰਮ ਤੋਂ ਹੌਲੀ ਹੌਲੀ ਦੂਰ ਕਰ ਦਿੱਤਾ ਅਤੇ ਉਹ ਉਚੇਰੀ ਪੜ੍ਹਾਈ ਕਰਕੇ ਸਰਕਾਰੀ ਨੌਕਰੀ ਕਰਨ ਲਈ ਜੱਦੋ ਜਹਿਦ ਕਰਨ ਲੱਗ ਪਿਆ। ਮੈਨੂੰ ਇੱਕਦਮ ਡਰ ਲੱਗਿਆ ਕਿ ਮੈਂ ਆਹ ਸੌਖਾ ਕੰਮ ਛੱਡ ਕੇ ਮਾਸਟਰਾਂ ਦੀਆਂ ਗੱਲਾਂ ਸੁਣਨੀਆਂ, ਕਿਤਾਬ ਪੜ੍ਹੀ, ਉਹ ਮੈਨੂੰ ਸੌਖਾ ਲੱਗਣ ਲੱਗ ਗਿਆ ਬਾਅਦ 'ਚ, ਅਤੇ ਉੱਥੇ ਜਾ ਕੇ ਲੱਕੜਾਂ ਨਾਲ ਮੱਥਾ ਮਾਰੂੰ, ਕਿਉਂਕਿ ਅਸੀਂ ਆਮ ਤੌਰ 'ਤੇ ਸਾਡੇ ਬਜ਼ੁਰਗ ਗੱਡਿਆਂ ਦੀਆਂ ਜੋੜੀਆਂ ਅਤੇ ਸੰਦੂਕ ਵਿਆਹਾਂ ਦੇ ਜੀ ਇਹੋ ਜਿਹਾ ਕੰਮ ਕਰਦੇ ਸੀ। ਉਹ ਬੜਾ ਔਖਾ ਕੰਮ ਆ, ਮਤਲਬ ਸਵੇਰੇ ਸ਼ਾਮ ਤੱਕ ਲੱਗੇ ਰਹੋ, ਕੋਈ ਇਹ ਨਹੀਂ ਕਿ ਟਾਈਮ ਕੀ ਹੈ। ਗਰਮੀ ਵਿੱਚ ਸਵੇਰੇ ਜੋ ਦਿਨ ਚੜ੍ਹਨਾ ਉਦੋਂ ਲੱਗਣਾ, ਜਦੋਂ ਛਪਣਾ ਉਦੋਂ ਛਕਣਾ, ਸਰਦੀ ਵਿੱਚ ਵੀ ਇਹ। ਤਾਂ ਉਹ ਕੁਦਰਤੀ ਹੈ ਕਿ ਫਿਜ਼ੀਕਲ ਕੰਮ ਜਦੋਂ ਕਰਨਾ ਪਿਆ ਜਾਂ ਕਰਨਾ, ਤਾਂ ਮੇਰੇ ਮਨ 'ਚ ਖਿਆਲ ਆਇਆ ਤਾਂ ਮੈਂ ਉਹ ਤੋਂ ਡਰਨ ਲੱਗ ਗਿਆ ਜੀ, ਮੈਂ ਕਿਵੇਂ ਕਰੂੰਗਾ ਇੰਨਾ ਕੰਮ। ਸਰ ਉਹ ਗਈ ਗੁਜ਼ਰੀ ਗੱਲ, ਮੈਂ ਪੜ੍ਹਾਈ ਛੱਡ ਸੀ, ਫਾਦਰ ਨਾਲ ਕੰਮ ਕਰਨਾ ਸ਼ੁਰੂ ਕਰਤਾ, ਅਤੇ ਉਹ ਕੰਮ ਥੋੜ੍ਹਾ ਚਿਰ ਨਹੀਂ 7-8 ਸਾਲ ਕਰਦਾ ਰਿਹਾ ਮੈਂ ਲਗਾਤਾਰ ਜੀ। ਬਹੁਤ ਔਖੇ ਹੁੰਦੇ ਸੀ ਜਦੋਂ ਸਰਦੀ ਵਿੱਚ ਸਵੇਰੇ ਉੱਠੋ, ਬੱਠਲ ਜੱਗ ਪਾ ਕੇ ਹੱਥ ਉੱਤ ਸੇਕ ਕੇ ਕੰਮ ਸ਼ੁਰੂ ਕਰ ਦਿਓ। ਜਦੋਂ ਗਰਮੀ ਹੈ ਉਦੋਂ ਅਸੀਂ ਪਾਣੀ ਵਾਸਤੇ ਇਸ ਤਰ੍ਹਾਂ ਟੈਂਕੀਆਂ ਹੁੰਦੀਆਂ ਸੀ, ਉਹ ਬਣਾਉਂਦੇ ਹੁੰਦੇ ਸੀ, ਉਹ ਚਾਦਰ ਧੁੱਪੇ ਮਾੜਾ ਜਿਹਾ ਰੱਖੀ ਤਪ ਜਾਂਦੀ ਬੁਰੀ ਤਰ੍ਹਾਂ ਨਾਲ, ਹੱਥਾਂ ਪੈਰਾਂ 'ਚ ਛਾਲੇ ਪੈ ਜਾਂਦੇ,
ਨਾ ਸਰਦੀ 'ਚ ਸੌਖਾ ਕੰਮ ਸੀ ਨਾ ਗਰਮੀ 'ਚ, ਪਰ ਕਰਨਾ ਪਿਆ। ਪਰ ਉਸ 6-7 ਸਾਲਾਂ ਦੇ ਦੌਰਾਨ ਉਹ ਸਾਡੇ ਦੇਵਤਾ ਸਰੂਪ ਮਾਸਟਰ ਜੀ, ਜਿਨ੍ਹਾਂ ਦਾ ਨਾਂ ਮਦਨ ਮੋਹਨ ਸ਼ਰਮਾ ਸੀ ਜੀ, ਉਹਨਾਂ ਨੇ ਮੇਰਾ ਪਿੱਛਾ ਨਹੀਂ ਛੱਡਿਆ। ਜਦੋਂ ਮੈਨੂੰ ਦੇਖ ਲੈਂਦੇ ਵਿਹਲਾ ਫਿਰਦਾ ਇੱਧਰ ਉੱਧਰ, ਤੂੰ ਉੱਪਰ ਆ ਜਾ, ਇੱਥੇ ਸਾਹਮਣੇ ਇੱਕ ਬਿਲਡਿੰਗ ਸੀ ਹੁਣ ਟੈਕ ਗਈ, ਉਹਦੇ ਚੁਆਰਿਆਂ 'ਚ ਰਹਿੰਦੇ ਹੁੰਦੇ ਜੀ। ਮੈਂ ਜਾਣਾ, ਤੂੰ ਪੜ੍ਹਦਾ ਕਿਉਂ ਨਹੀਂ ਜੀ? ਮੈਂ ਕਿਹਾ ਜੀ ਕਿਹੜੇ ਵੇਲੇ ਪੜ੍ਹਾਂ? ਸਵੇਰੇ ਦਿਨ ਚੜ੍ਹੇ ਅਸੀਂ ਕੰਮ ਕਰਨ ਲੱਗੇ ਨੇ, ਹਨੇਰੇ ਹੋ ਜਾਣੇ। ਕਹਿੰਦੇ ਤੈਨੂੰ ਹੈਲਪ ਦੀ ਲੋੜ ਪੈਂਦੀ ਹੈ? ਮੈਂ ਕਿਹਾ ਉਹ ਤਾਂ ਕੁਦਰਤੀ ਹੈ, ਮੈਂ ਤਾਂ 6ਵੀਂ ਪੂਰੀ ਵੀ ਨਹੀਂ ਪਾਸ ਕੀਤੀ ਜੀ। ਕਹਿੰਦਾ ਚੰਗਾ ਤੂੰ ਐਂ ਕਰਿਆ ਕਰ, ਜਦੋਂ ਵੀ ਤੂੰ ਵਿਹਲਾ ਹੋਣਾ ਉਦੋਂ ਮੇਰੇ ਕੋਲ ਆ ਜਾ। ਅੱਛਾ ਜੀ। ਮੈਂ ਕਈ ਵਾਰੀ ਰਾਤ ਨੂੰ 10-10 ਵਜੇ ਉਹਨਾਂ ਕੋਲ ਜਾਂਦਾ। ਉਦੋਂ ਪ੍ਰਾਈਵੇਟ ਮੈਟ੍ਰਿਕ ਕਰਨ ਦੀ ਪ੍ਰੋਵੀਜ਼ਨ ਸੀਗਾ ਯੂਨੀਵਰਸਿਟੀ 'ਚ ਜੀ, ਜੋ ਜਲ ਬਾਜ ਖਤਮ ਕਰਤਾ। ਕਹਿੰਦੇ ਅੰਗਰੇਜ਼ੀ ਹਿਸਾਬ ਵਗੈਰਾ ਉਹ ਸਾਰਾ ਤੈਨੂੰ ਮੈਂ ਪੜ੍ਹਾਊਂਗਾ, ਅਤੇ ਬਾਕੀ ਕਹਿੰਦਾ ਹੁਣ ਉਰਦੂ ਤੈਨੂੰ ਆਉਂਦਾ ਹੀ ਹੈ, ਔਰ ਜੋਗ੍ਰਾਫੀ ਹੈ, ਦੂਜੀ ਕਿਤਾਬ ਹੈ, ਉਹ ਤੂੰ ਪੜ੍ਹ ਲਿਆ ਕਰ, ਜਿਹੜੀ ਸਮਝ ਨਹੀਂ ਆਉਂਦੀ ਮੇਰੇ ਕੋਲ ਜੀ। ਉਹਨਾਂ ਨੇ ਜੀ ਸ਼ਾਇਦ 3-3.5 ਸਾਲ ਤਾਂ ਮੈਨੂੰ ਯਾਦ ਹੈ, ਜ਼ਿਆਦਾ ਵੀ ਸਮਾਂ ਹੋ ਸਕਦਾ, ਉਹਨਾਂ ਨੇ ਮੈਨੂੰ ਮੈਟ੍ਰਿਕ ਦਾ ਇਮਤਿਹਾਨ ਦੇਣ ਦੇ ਯੋਗ ਬਣਾਤਾ ਜੀ। ਇੱਥੇ ਸਾਡੇ ਸੈਂਟਰ ਹੁੰਦਾ ਨਹੀਂ ਸੀ, ਫਰੀਦਕੋਟ ਵੀ ਨਹੀਂ ਸੀ ਹੁੰਦਾ। ਫਿਰੋਜ਼ਪੁਰ ਪ੍ਰਾਈਵੇਟ ਕੈਂਡੀਡੇਟਾਂ ਵਾਸਤੇ ਯੂਨੀਵਰਸਿਟੀ ਨੇ ਸੈਂਟਰ ਬਣਾਇਆ ਹੋਇਆ ਸੀ ਜੀ, ਆਜ਼ਾਦੀ ਤੋਂ ਬਾਅਦ ਦੀ ਗੱਲ ਹੈ ਜੀ। ਮੈਂ ਤਿਆਰੀ ਤਿਊਰੀ ਕਰਕੇ ਉੱਥੇ ਇਮਤਿਹਾਨ ਦੇ ਆਇਆ ਜੀ, ਚੰਗੇ ਮਾੜੇ ਨੰਬਰਾਂ ਨਾਲ ਮੈਂ ਪਾਸ ਹੋ ਗਿਆ ਜੀ। ਪ੍ਰੋਫੈਸਰ ਗੁਰਦਿਆਲ ਸਿੰਘ ਪੰਜਾਬੀ ਆਂਚਲਿਕ ਨਾਵਲ ਦਾ ਵੱਡਾ ਨਾਂ ਹੈ, ਜਿਸ ਨੇ ਪੰਜਾਬੀ ਨਾਵਲ ਨੂੰ ਜਗੀਰਦਾਰੀ ਝੁੰਝਟ 'ਚੋਂ ਕੱਢ ਕੇ ਦਲਿਤ ਵਰਗ ਦੇ ਨਾਲ ਜੋੜਿਆ, ਦਲਿਤ ਵਰਗ ਦੇ ਜਨ ਜੀਵਨ ਨੂੰ ਆਪਣੇ ਨਾਵਲਾਂ 'ਚ ਲਿਆ ਕੇ ਆਮ ਲੋਕਾਂ ਦੀ, ਆਮ ਪੇਂਡੂ ਲੋਕਾਂ ਦੀ, ਮਿਹਨਤਕਸ਼ ਲੋਕਾਂ ਦੀ ਜਿਹੜੀ ਪੀੜ ਹੈ, ਦਰਦ ਹੈ, ਦੁੱਖ ਹੈ, ਉਸ ਨੂੰ ਥਾਂ ਦਿੱਤੀ ਹੈ, ਉਹਨੂੰ ਬਿਆਨ ਦਿੱਤਾ ਹੈ। ਇਹ ਸਭ ਤੋਂ ਵੱਡੀ ਗੱਲ ਹੈ। ਜੇ ਇੰਟਰਨੈਸ਼ਨਲ ਪੱਧਰ 'ਤੇ, ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਨਾਵਲ ਨੂੰ ਕਿਸੇ ਨੇ ਪਛਾਣ ਦਵਾਈ ਹੈ ਤਾਂ ਮੈਂ ਸਮਝਦਾ ਉਹ ਪ੍ਰੋਫੈਸਰ ਗੁਰਦਿਆਲ ਸਿੰਘ ਹੋਰਾਂ ਦਾ ਸਦਕਾ ਹੀ ਹੈ। ਅੱਜ ਹਿੰਦੁਸਤਾਨ ਦੀ ਹਰ ਭਾਸ਼ਾ 'ਚ, ਰੂਸ 'ਚ ਮੜੀ ਦੇ ਦੀਵਾ ਦੇ ਸੈਂਕੜੇ ਐਡੀਸ਼ਨ ਜਿਹੜੇ ਹੈਗੇ ਵਿਕ ਚੁੱਕੇ ਹੈ। ਅੰਨੇ ਘੋੜੇ ਦਾ ਦਾਨ ਅਤੇ ਮੜੀ ਦਾ ਦੀਵਾ 'ਤੇ ਜਿਹੜੀਆਂ ਫਿਲਮਾਂ ਬਣੀਆਂ ਨੇ ਉਹ ਕੌਮਾਂਤਰੀ ਪੱਧਰ 'ਤੇ ਉਹਨਾਂ ਨੂੰ ਚੰਗੇ ਇਨਾਮ ਮਿਲੇ ਨੇ, ਉਹਨਾਂ ਦੀ ਚੰਗਾ ਸਵਾਗਤ ਹੋਇਆ, ਚੰਗੀ ਉਹਨਾਂ ਦੀ ਪਛਾਣ ਬਣੀ ਹੈ ਪੰਜਾਬੀ ਨਾਵਲ ਦੀ ਉਹਨਾਂ ਫਿਲਮਾਂ ਦੇ ਰਾਹੀਂ। ਸੋ ਮੈਂ ਸਮਝਦਾ ਕਿ ਹਰ ਖੇਤਰ 'ਚ ਗੁਰਦਿਆਲ ਸਿੰਘ ਹੋਰਾਂ ਦਾ ਵੱਡਾ ਨਾਂ ਹੈ ਔਰ ਉਹ ਸਾਡਾ ਅੱਜ ਦੇ ਯੁੱਗ ਦਾ ਵੱਡਾ ਨਾਵਲਕਾਰ ਹੈ ਜੀ। ਫਿਰ ਬਾਅਦ 'ਚ ਇੱਥੇ ਸਾਡੇ ਇੱਕ ਦੋਸਤ ਸੀ ਬਰਨਾਲੇ ਤੋਂ, ਉਹਨਾਂ ਨੇ ਪ੍ਰਾਈਵੇਟ ਸਕੂਲ ਖੋਲ੍ਹ ਲਿਆ ਜੀ। ਉਹ ਮੈਨੂੰ ਕੰਮ ਦੇ ਵਿੱਚ ਮੱਲੋ ਮੱਲੀ ਖਿੱਚ ਕੇ ਲੈ ਜਾ ਕਰੇ ਵੀ ਤੂੰ ਮੇਰੇ ਨਾਲ ਜਿਹੜੇ ਮੁੰਡੇ ਪ੍ਰਾਈਵੇਟ 6ਵੀਂ 7ਵੀਂ ਦੇ ਪੜ੍ਹਦੇ ਤੂੰ ਉਹਨਾਂ ਨੂੰ ਪੜ੍ਹਾ ਦਿਆ ਕਰ ਅਤੇ ਮੈਂ ਤੈਨੂੰ ਤਨਖਾਹ ਦੇ ਦਿਆ ਕਰੂੰਗਾ। ਤਨਖਾਹ ਕਿਹੜੀ? 20 ਰੁਪਏ ਮਹੀਨੇ ਦਾ। ਅੱਛਾ, ਮੈਨੂੰ ਮੌਕਾ ਮਿਲ ਗਿਆ, ਘਰ ਫਾਦਰ ਬੁਰਾ ਮਨਾਉਂਦੇ ਸੀ ਵੀ ਕੰਮ ਵੇਲੇ ਤੂੰ ਉੱਧਰ ਭੱਜ ਜਾਂਦਾ, ਲੇਕਿਨ ਮੈਂ ਹਟਿਆ ਨਹੀਂ। ਉਸ ਨੇ ਮੈਨੂੰ ਜਿਵੇਂ ਆਪ ਪੜ੍ਹਿਆ ਸੀ ਉਹਨੇ ਮੈਨੂੰ ਗਿਆਨੀ ਦਾ ਇਮਤਿਹਾਨ ਦਵਾਤਾ। ਅੱਛਾ। ਗਿਆਨੀ ਦਾ ਇਮਤਿਹਾਨ ਦੀ ਜਿਹੜੀ ਡਿਗਰੀ ਹੈ ਗਿਆਨੀ ਦੀ
ਉਹਦੇ ਉੱਤੇ ਆਨਰਸ ਇਨ ਪੰਜਾਬੀ ਲਿਖਿਆ ਹੁੰਦਾ ਜੀ। ਉਹ ਬੀ ਏ ਦੇ ਸਟੈਂਡਰਡ ਦੀ ਬਰਾਬਰ ਦੀ ਪੰਜਾਬੀ ਸਮਝੀ ਜਾਂਦੀ ਹੈ। ਅੱਛਾ ਜੀ। ਅਤੇ ਯੂਨੀਵਰਸਿਟੀ ਨੇ ਇਹ ਛੋਟ ਦਿੱਤੀ ਹੋਈ ਸੀ ਕਿ ਜਿਹਨੇ ਗਿਆਨੀ ਪਾਸ ਕੀਤੀ ਹੈ ਜਾਂ ਪ੍ਰਭਾਕਰ ਹਿੰਦੀ 'ਚ, ਉਹ ਸਟੂਡੈਂਟ ਦੂਜੇ ਹੋਰ ਦੋ ਸਬਜੈਕਟ ਲੈ ਕੇ ਪ੍ਰਾਈਵੇਟ ਬੀ ਏ ਕਰ ਸਕਦੇ। ਅੱਛਾ ਜੀ। ਜਿਹੜਾ ਮਗਰੋਂ ਖਤਮ ਕਰਤਾ ਉਹਨਾਂ ਨੇ। ਮੈਂ ਗਿਆਨੀ ਪਾਸ ਕਰਨ ਤੋਂ ਬਾਅਦ ਉਸ ਆਪਦੇ ਦੋਸਤ ਕੋਲੋਂ ਮਾੜੀ ਮੋਟੀ ਮਦਦ ਲੈ ਕੇ ਪਹਿਲਾਂ ਮੈਂ ਬੀ ਏ ਦੀ ਹਿਸਟਰੀ ਦਾ ਇਮਤਿਹਾਨ ਦਿੱਤਾ ਜੀ, ਪਾਸ ਹੋ ਗਿਆ। ਫਿਰ ਅੰਗਰੇਜ਼ੀ ਦਾ ਇਮਤਿਹਾਨ ਦਿੱਤਾ ਜੀ, ਉਹਦੇ 'ਚ ਵੀ ਮੈਂ ਪਾਸ ਹੋ ਗਿਆ ਜੀ। ਬੀ ਏ ਦੀ ਡਿਗਰੀ ਮਿਲ ਗਈ ਜੀ। ਬਲਕਿ ਬੀ ਏ ਦੀ ਡਿਗਰੀ ਮਿਲਣ ਤੋਂ ਪਹਿਲਾਂ ਹੀ ਸਾਡੇ ਹੈੱਡਮਾਸਟਰ ਮੈਨੂੰ ਡਿਸਟ੍ਰਿਕਟ ਇੰਸਪੈਕਟਰ ਆਫ ਸਕੂਲ ਦਿੰਦੇ ਸੀ ਉਹ ਜੀ। ਉਦੋਂ ਬਠਿੰਡਾ ਜ਼ਿਲ੍ਹਾ ਸੀ ਇਹ, ਫਰੀਦਕੋਟ ਤਾਂ ਗਿਆਨੀ ਜੈਲ ਸਿੰਘ ਨੇ ਬਣਾਇਆ। ਅੱਛਾ। ਉਹਦੇ ਕੋਲ ਲੈ ਗਏ ਮੈਨੂੰ ਇੱਕ ਦਿਨ। ਅੱਛਾ। ਉਹ ਬੰਦਾ ਜਿਹੜਾ ਉੱਥੇ ਆਫਿਸਰ ਬਣ ਗਿਆ ਸੀ ਜੀ, ਉਹਨੇ ਪਹਿਲੀ ਦਫ਼ਾ ਨੌਕਰੀ ਇੱਥੇ ਜੈਤੋ ਜੁਆਇਨ ਕੀਤੀ ਸੀ ਜੀ। ਉਹਨਾਂ ਦੇ ਥੱਲੇ ਕੰਮ ਕਰਦਾ ਰਿਹਾ ਸੀ। ਅੱਛਾ। ਉਹ ਹੈੱਡਮਾਸਟਰ ਸੀਗੇ, ਉਹ ਮਾਸਟਰ ਸੀ ਠੀਕ। ਅੱਛਾ ਸੀ ਤਾਂ ਉਹ ਬੜਾ ਕੱਬਾ ਬੰਦਾ ਸੀ ਜੀ, ਲੇਕਿਨ ਉਹਨਾਂ ਦੀ ਇੱਜ਼ਤ ਮਾਣ ਸਾਰੇ ਹੀ ਕਰਦੇ ਸੀ ਹੈੱਡਮਾਸਟਰ ਜੀ। ਉਹ ਜਦੋਂ ਮੈਨੂੰ ਲੈ ਗਏ, ਮੈਨੂੰ ਜਾ ਕੇ ਉਹਨੂੰ ਉੱਠ ਕੇ ਖੜਾ ਹੋ ਗਿਆ, ਆਓ ਜੀ ਸ਼ਰਮਾ ਜੀ ਬੈਠੋ, ਕੁਰਸੀ 'ਤੇ ਛੱਡਤੀ ਉਹਨੇ। ਕਹਿੰਦਾ ਨਹੀਂ ਮੈਂ ਬੈਠਣ ਨਹੀਂ ਆਇਆ ਜੀ, ਮੈਂ ਤੈਨੂੰ ਕੰਮ ਕਹਿਣ ਆਇਆ ਅਤੇ ਉਹ ਕਰਦੇ ਜੀ। ਅੱਛਾ। ਹਾਲਾਂਕਿ ਉਹ ਬਹੁਤ ਕੌੜਾ ਬੋਲਦਾ ਸੀ। ਅੱਛਾ। ਮਾਸਟਰਾਂ ਨੂੰ ਦੂਜਿਆਂ ਨੂੰ ਊਂ, ਬੰਦਾ ਬੜਾ ਅੱਛਾ ਸੀ ਲੇਕਿਨ ਜ਼ਬਾਨ ਦਾ ਬੜਾ ਮਾੜਾ ਸੀ। ਉਹਨਾਂ ਨੂੰ ਕੀ ਕਹੇ, ਉਹਨੇ ਹੱਥ ਬੰਨ ਤੇ ਕਹਿੰਦਾ ਜੀ ਜਿਵੇਂ ਤੁਸੀਂ ਕਹੋ ਉਵੇਂ ਹੋ ਜਾਓ। ਕਹਿੰਦਾ ਇਹ ਮੁੰਡਾ ਮੇਰਾ ਲੜਕਾ ਹੈ, ਇਹ ਕਹਿੰਦਾ ਚਿੱਤਰਕਾਰੀ ਵੀ ਕਰ ਲੈਂਦਾ। ਅੱਛਾ। ਬੜਾ ਵਧੀਆ ਅਤੇ ਮਿਹਨਤੀ ਵੀ ਬੜਾ, ਅਤੇ ਇਹਨੂੰ ਜਿੱਥੇ ਵੀ ਕੋਈ ਪੋਸਟ ਹੈਗੀ ਗਿਆਨੀ ਮੈਟ੍ਰਿਕ ਨੂੰ ਮਿਲ ਸਕਦੀ ਹੈ ਜੀ, ਉੱਥੇ ਲਾ ਦੇ ਜੀ। ਉਹ ਕਹਿੰਦਾ ਜੀ ਹੁਕਮ, ਸਿਰ ਮੱਥੇ 'ਤੇ। ਮੈਨੂੰ ਕਹਿੰਦਾ ਮੁੰਡਾ ਕੱਲ੍ਹ ਨੂੰ ਆ ਜਾਏ ਜੀ। ਅੱਛਾ। ਉਹ ਤਾਂ ਉੱਤਰ ਕੇ ਉਹਨਾਂ ਨੂੰ ਉਹ ਇੱਜ਼ਤ ਮਾਣ ਨਾਲ ਛੱਡ ਕੇ ਆਇਆ, ਮੈਂ ਉਹਨਾਂ ਦੇ ਨਾਲ ਰਲ ਕੇ ਅਤੇ ਅਸੀਂ ਇਕੱਠੇ ਗੱਡੀ 'ਤੇ ਮੁੜੇ ਆਏ ਜੀ। ਅਗਲੇ ਦਿਨ ਮੈਂ ਗਿਆ, ਮੈਂ ਬਾਹਰ ਬਹਿ ਗਿਆ, ਉਹ ਛਿੱਕ ਲੱਗੀ ਸੀ ਉਹਦੇ ਕਮਰੇ ਨੂੰ। ਅੱਛਾ। ਉਹ ਛਿੱਕ ਕਹਾਣੀ ਦੇਖੀ ਜਾਵੇ ਜੀ, ਵੀ ਇਹਨੂੰ ਦੇਖਿਆ ਨਾ ਹੈ ਕਿਤੇ ਜੀ, ਕਿਉਂਕਿ ਇੱਥੇ ਵੀ ਨਹੀਂ ਮਿਲੇ ਸੀ। ਪਰ ਬੜਬੋਲਾ ਬੰਦਾ ਸੀ, ਇੱਧਰ ਨਾਲ ਕਲਰਕਾਂ ਦਾ ਕਮਰਾ ਸੀ, ਉੱਥੋਂ ਚੌੜਾਸੀ ਨੂੰ ਆਵਾਜ਼ ਮਾਰ ਕੇ ਕਹਿੰਦਾ ਹੋਇਆ ਉਹ ਜਿਹੜਾ ਮੁੰਡਾ ਬੈਠਾ ਉਹਨੂੰ ਬੁਲਾ। ਹਾਂਜੀ। ਉਹਨੇ ਆ ਕੇ ਮੈਨੂੰ ਕਿਹਾ ਵੀ ਤੁਹਾਨੂੰ ਅੰਦਰ ਸੱਦਿਆ, ਮੈਂ ਸਤਿ ਸ਼੍ਰੀ ਅਕਾਲ ਬੁਲਾ ਦੇ ਜੀ, ਤੇਰੀ ਕੀ ਲਿਆ ਜਾ ਹੋਏ ਹਨੁਮਾਨ ਸਾਹਿਬ ਨਾਲ। ਅੱਛਾ। ਮੈਂ ਕਿਹਾ ਜੀ ਸਾਡੇ ਗੁਆਂਢੀ ਦੇ ਸਾਹਮਣੇ ਰਹਿੰਦੇ ਹੈ। ਅੱਛਾ। ਇਹਦਾ ਮਤਲਬ ਹੈ ਤੂੰ ਵਿਛਣੇ ਕਾਰੀਗਰਾਂ ਦੇ ਖਾਨਦਾਨ 'ਚੋਂ ਹੈ। ਅੱਛਾ ਜੀ। ਮੈਂ ਕਿਹਾ ਹਾਂਜੀ ਉਹਨਾਂ 'ਚ। ਹਾਂ ਠੀਕ ਹੈ ਬੈਠ। ਉਹ ਚਪੜਾਸੀ ਨੂੰ ਕਹਿੰਦਾ ਜਾਵਾ ਵੇਦ ਪ੍ਰਕਾਸ਼ ਨੂੰ ਭੇਜ। ਉਹ ਵੇਦ ਪ੍ਰਕਾਸ਼ ਸੋਲਡੈਂਟ ਸੀ। ਅੱਛਾ ਜੀ। ਆਫਿਸ ਦਾ ਉਹ ਜਦੋਂ ਆਇਆ, ਉਹ ਭਾਈ ਇਹਨੂੰ ਕੱਲ੍ਹ ਮਦਨ ਮੋਹਨ ਹੈ ਸ਼ਰਮਾ ਜੀ ਲੈ ਕੇ ਆਏ ਸੀ, ਜਿੱਥੇ ਥਾਂ ਹੈਗੀ ਉੱਥੇ ਲਾ ਦੇ। ਕਹਿੰਦਾ ਉਹ ਕਹਿੰਦਾ ਜੀ ਥਾਂ ਮੈਂ ਦੇਖ ਲੈਂਦਾ। ਦੇਖ ਕੀ ਲੈਂਦਾ, ਕਿਤੇ ਤਾਂ ਹੋਊਗੀ। ਕਹਿੰਦਾ ਹਾਂ ਜੀ ਹੋ ਸਕਦਾ,
ਬਸ ਫਿਰ ਉੱਥੇ ਲਾ ਦਿਆ ਜੀ ਮੈਨੂੰ ਮਗਰ ਲੈ ਗਿਆ ਜੀ ਜਾ ਕੇ ਉਹਨੇ ਕਾਗਜ਼ ਨੂੰ ਫਰੋਲ ਕੇ ਇੱਕ ਰਜਿਸਟਰ ਲੈ ਕੇ ਫਿਰ ਆ ਗਿਆ ਉਹਨਾਂ ਕੋਲ ਉਹਨੂੰ ਕਹਿੰਦਾ ਜੀ ਹੋਰ ਕੋਈ ਥਾਂ ਨਹੀਂ ਆਪਣੇ ਆਪਾਂ ਇੱਕ ਕੁੜੀ 2 ਮਹੀਨੇ ਪਹਿਲਾਂ ਟਰਾਂਸਫਰ ਕੀਤੀ ਸੀ ਨੰਦਗੜ੍ਹ ਕੋਟੜੇ 'ਚ ਪ੍ਰਾਇਮਰੀ ਸਕੂਲ 'ਚ ਉਹ ਛੁੱਟੀ ਲੈ ਕੇ ਚਲੀ ਗਈ ਉਹ ਹੁਣ ਆਉਂਦੀ ਨਹੀਂ ਜਾਂ ਤਾਂ ਲਿਹਾਜ਼ ਨਾਲ ਕਿਤੇ ਬਦਲੀ ਕਰਾ ਲੂਗੀ ਜਾਂ ਫਿਰ ਨੌਕਰੀ ਛੱਡ ਜੂ ਉਹਨੇ ਆਉਣਾ ਨਹੀਂ ਹੈ ਇਹਨੂੰ ਉੱਥੇ ਟੈਂਪਰੇਰੀ ਲਾ ਦਿੰਦੇ ਹਾਂ ਆਪਾਂ ਕਿਉਂਕਿ ਉਹ ਛੁੱਟੀ 'ਤੇ ਟੈਂਪਰੇਰੀ ਲਾ ਸਕਦੇ ਹਾਂ ਅਤੇ ਉੱਥੇ ਹੀ ਉਹਨੂੰ ਪੱਕਾ ਕਰ ਦੇਣੀ ਆ ਉਹ ਕਹਿੰਦਾ ਜਿਵੇਂ ਮਰਜ਼ੀ ਕਰ ਤੂੰ ਬਸ ਇਹਨੂੰ ਲਾ ਦੇ ਉਹ ਮੈਨੂੰ ਲੈ ਗਿਆ ਨਾਲੇ ਬੁੜ ਬੁੜ ਕਰੀ ਜਾਵੇ ਤੁਹਾਡੇ ਜੈਤੂ ਵਾਲਿਆਂ ਨੇ ਤਾਂ ਪੰਜੇ ਘਿਓ ਜਾ ਭਾਵੇਂ ਸਾਲਾ ਅਨਪੜ੍ਹ ਤੁਰਿਆ ਆਵੇ ਕੋਈ ਉਹਨੂੰ ਵੀ ਕਹਿ ਦੇਣਗੇ ਇਹਨੂੰ ਮੈਂ ਬੈਠਾ ਰਿਹਾ ਚੁੱਪ ਕਰਕੇ ਉਹਨੇ ਜੀ ਮੈਨੂੰ 5-10 ਮਿੰਟਾਂ 'ਚ ਅਪੁਆਇੰਟਮੈਂਟ ਆਰਡਰ ਟੈਂਪਰੇਰੀ ਤੌਰ 'ਤੇ ਦਸਖਤ ਕਰਵਾ ਕੇ ਉਹਨਾਂ 'ਚੋਂ ਕਾਪੀ ਮੈਨੂੰ ਫੜਾ ਦਿੱਤੀ ਅਤੇ ਮੈਂ ਜਦੋਂ ਸਤਿ ਸ਼੍ਰੀ ਅਕਾਲ ਬੁਲਾ ਕੇ ਆਉਣ ਲੱਗਿਆ ਉਹ ਮੁੰਡਿਆ ਉਹ ਸ਼ਰਮਾ ਜੀ ਦੱਸਦੇ ਸੀ ਵੀ ਤੂੰ ਕੋਈ ਚਸਰ ਚੁਸਰ ਵੀ ਬਣਾ ਲੈਂਦਾ ਮੈਂ ਕਿਹਾ ਜੀ ਹਾਂ ਅੱਛਾ ਉਹ ਕੰਮ ਤਾਂ ਇੱਥੋਂ ਕਰਾਉਣਾ ਮੈਂ ਕਿਹਾ ਜੀ ਠੀਕ ਹੈ ਬਚਪਨ ਦਾ ਸਾਡਾ ਉੱਦਾਂ ਹੀ ਬੀਤਿਆ ਹੈਗਾ ਜਿਵੇਂ ਨੋਰਮਲ ਬੱਚੇ ਹੁੰਦੇ ਆ ਸਾਨੂੰ ਕਦੇ ਇੱਦਾਂ ਵੀ ਨਹੀਂ ਸੀ ਪਤਾ ਹੁੰਦਾ ਗਾ ਵੀ ਅਸੀਂ ਇੰਨੇ ਵੱਡੇ ਬੰਦੇ ਦੇ ਬੱਚੇ ਹੈਗੇ ਆ ਪਰ ਹੁਣ ਜਿਵੇਂ ਜਿਵੇਂ ਸਾਨੂੰ ਪਤਾ ਲੱਗ ਰਿਹਾ ਹੁਣ ਸਾਨੂੰ ਆਪਣੇ ਆਪ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਅਤੇ 8ਵੀਂ ਤੱਕ ਪਾਪਾ ਜੀ ਨੇ ਸਾਨੂੰ ਕਦੇ ਕੋਈ ਕਹਾਣੀ ਦੀ ਜਾਂ ਨਾਵਲ ਦੀ ਕੋਈ ਵੀ ਨਹੀਂ ਸੀ ਕੁਛ ਪੜ੍ਹਨ ਦਿੰਦੇ ਕਹਿੰਦੇ ਸਿਰਫ ਆਪਣੀਆਂ ਕਿਤਾਬਾਂ ਪੜ੍ਹਨੀਆਂ ਅਤੇ ਹੋਰ ਕੁਛ ਨਹੀਂ ਪੜ੍ਹਨਾ 9ਵੀਂ 10ਵੀਂ ਜਦੋਂ ਨਾਵਲ ਲੱਗਿਆ ਉਸ ਟਾਈਮ ਫਿਰ ਸਾਨੂੰ ਥੋੜ੍ਹਾ ਲੱਗਾ ਵੀ ਹਾਂ ਵੀ ਕੋਈ ਹੋਰ ਵੀ ਦੁਨੀਆ ਹੈਗੀ ਹੈ ਜਿਹਦੇ ਵਿੱਚ ਇੱਦਾਂ ਦੇ ਨਾਵਲ ਵੀ ਇੱਦਾਂ ਦੀਆਂ ਕਹਾਣੀਆਂ ਵੀ ਹੁੰਦੀਆਂ ਉਦੋਂ ਬਾਅਦ ਸਾਨੂੰ ਥੋੜ੍ਹਾ ਜਿਹਾ ਪਾਪਾ ਜੀ ਦੀਆਂ ਵੀ ਕਹਾਣੀਆਂ ਪੜ੍ਹਨ ਦਾ ਮੌਕਾ ਮਿਲਿਆ ਬਕਲਮ ਖੁਦ ਲਿਖੀ ਪਾਪਾ ਜੀ ਨੇ ਉਹ ਛੋਟੀਆਂ ਬੱਚਿਆਂ ਦੀਆਂ ਕਹਾਣੀਆਂ ਸੀਗੀਆਂ ਉਹ ਪੜ੍ਹਦੇ ਸੀਗੇ ਹੌਲੀ ਹੌਲੀ ਫਿਰ ਪਾਪਾ ਜੀ ਦੀਆਂ ਦੂਜੀਆਂ ਕਹਾਣੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ ਨਾਵਲ ਪੜ੍ਹਨੇ ਸ਼ੁਰੂ ਕੀਤੇ ਤਾਂ ਥੋੜ੍ਹਾ ਜਿਹਾ ਮੈਨੂੰ ਲੱਗਾ ਵੀ ਹਾਂ ਕੁਛ ਹੈ ਇਹਨਾਂ ਦੇ ਵਿੱਚ ਵੀ ਇਹੀ ਲਿਖਦੇ ਆ ਇਹਨਾਂ ਲੱਗਦਾ ਹੁੰਦਾ ਸੀ ਵੀ ਇਹ ਕਿਤਾਬਾਂ ਕੌਣ ਲਿਖਦਾ ਹੈਗਾ ਸਾਨੂੰ ਇਹ ਨਹੀਂ ਸੀ ਪਤਾ ਲੱਗਦਾ ਕੋਈ ਹੋਰ ਹੀ ਇਹੋ ਜਿਹਾ ਹੀ ਬੰਦਾ ਹੈ ਜਿਹੜੇ ਲਿਖਦੇ ਹੁੰਦੇ ਆ ਕਿਤਾਬਾਂ ਜਦੋਂ ਇਹਨਾਂ ਦੀਆਂ ਪੜ੍ਹੀਆਂ ਕਿਤਾਬਾਂ ਫਿਰ ਪਤਾ ਲੱਗਾ ਵੀ ਨਹੀਂ ਵੀ ਇਹ ਵੀ ਬੰਦੇ ਇੱਦਾਂ ਦੇ ਹੀ ਹੁੰਦੇ ਹੈਗੇ ਜਿਹੜੇ ਪੜ੍ਹਦੇ ਲਿਖਦੇ ਹੈਗੇ ਨੇ ਅਤੇ ਹੁਣ ਤਾਂ ਜਿਵੇਂ ਜਿਵੇਂ ਇਨਾਮ ਪਾਪਾ ਜੀ ਨੂੰ ਮਿਲਦੇ ਰਹੇ ਆ ਤਿਵੇਂ ਤਿਵੇਂ ਸਾਨੂੰ ਬਹੁਤ ਹੀ ਆਪਣੇ ਆਪ 'ਤੇ ਗਰਵ ਹੁੰਦਾ ਹੈਗਾ ਵੀ ਅਸੀਂ ਇਹਨਾਂ ਦੇ ਬੱਚੇ ਹਾਂ ਰੁੱਤ ਬਦਲਦੀ ਤਾਂ ਸਿਹਤ ਨੂੰ ਠੀਕ ਰੱਖਣ ਲਈ ਗੁਰਦਿਆਲ ਸਿੰਘ ਨੂੰ ਕਸੌਲੀ ਜਾਂ ਸ਼ਿਮਲੇ ਜਾਣਾ ਪੈਂਦਾ ਹੁਣ ਤੱਕ ਉਸ ਦਾ ਵਿਆਹ ਹੋ ਚੁੱਕਾ ਸੀ ਪਰ ਪਿਤਾ ਨੂੰ ਉਸ ਦੀਆਂ ਇਹ ਹਰਕਤਾਂ ਠੀਕ ਨਾ ਲੱਗਦੀਆਂ ਅਖੀਰ ਉਹ ਅੱਡ ਹੋ ਗਿਆ ਘਰ ਚਲਾਉਣ ਲਈ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਵਿਹਲੇ ਸਮੇਂ ਅਖਬਾਰ ਪੜ੍ਹਦਾ ਸ਼ਾਮ ਨੂੰ ਮਾਸਟਰ ਸਾਧੂ ਰਾਮ ਕੋਲ ਪੜ੍ਹਨ ਜਾਂਦਾ ਪ੍ਰਸਿੱਧ ਮੈਗਜ਼ੀਨ ਪ੍ਰੀਤਲੜੀ ਨੂੰ ਪੜ੍ਹਨ ਦੀ ਵੀ ਜਾਗ ਲੱਗ ਗਈ ਅਤੇ ਉਸਦਾ ਸਾਹਿਤਕ ਸਫ਼ਰ ਆਰੰਭ ਹੋ ਗਿਆ ਇਸ ਤੋਂ ਬਾਅਦ ਇਹ ਦੱਸੋ ਕਿ ਤੁਸੀਂ ਇਸ ਸੰਘਰਸ਼ ਦੇ ਵਿੱਚੋਂ ਫਿਰ ਤੁਸੀਂ ਦਸਤਕਾਰੀ ਵੀ ਕੀਤੀ 6-7 ਉੱਧਰ ਕੀਤੀ ਅਤੇ ਲਿਖਣ ਵੱਲ ਕਿਵੇਂ ਆਏ ਹਾਂ ਇਹ ਮੈਂ ਬੜੇ ਸਧਾਰਨ ਢੰਗ ਨਾਲ ਹੀ ਦੱਸ ਦਿੰਦਾ ਜੀ ਪੜ੍ਹਨ ਦਾ ਸ਼ੌਕ ਮੈਨੂੰ 47 ਤੋਂ ਪਹਿਲਾਂ ਦਾ ਜੀ ਇੱਥੇ ਸਾਡੇ ਇੱਕ ਜਰਨਲਿਸਟ ਸੀਗਾ ਉਹ ਇੱਕ ਰਸਾਲਾ ਮੰਗਵਾਉਣ ਆਉਂਦਾ ਸੀ ਵੀਕਲੀ ਜੀ ਉਹਨੂੰ ਹੁਣ ਭੁੱਲ ਭੱਲ ਗਏ ਸਾਰੇ ਲੋਕ ਲੁਧਿਆਣੇ ਤੋਂ ਰਸਾਲਾ ਨਿਕਲਦਾ ਸੀ ਉਹਦਾ ਹੈਡਿੰਗ ਸੀ ਲਲਕਾਰ ਜੀ ਉਹਦਾ ਐਡੀਟਰ ਸੀ ਜਰਨੈਲ ਸਿੰਘ ਅਰਸ਼ੀ ਜੀ ਅੱਛਾ ਬਹੁਤ ਇੰਟਰਸਟਿੰਗ ਗੱਲਾਂ ਲਿਖਦਾ ਸੀ ਜੀ ਲੋਕ ਕਵੀ ਸੀ ਜਿਹੜੇ ਉਹਨਾਂ ਨੂੰ ਹਰ ਹਫ਼ਤੇ ਇੱਕ
ਬੰਦ ਜਿਹਾ ਦੱਸ ਦੇਣਾ ਵੀ ਇਸ ਦੇ ਉੱਤੇ ਕਵਿਤਾ ਲਿਖੋ ਜੀ। ਉਹ ਇੰਨਾ ਪਾਪੂਲਰ ਹੋ ਗਿਆ ਕਿ ਬਠਿੰਡੇ ਉਹਦੀ 200 ਕਾਪੀ ਆਉਂਦੀ ਸੀ ਜੀ। ਸਾਡਾ ਇੱਥੋਂ ਦਾ ਜਰਨਲਿਸਟ 10-15 ਕਾਪੀਆਂ ਲੈ ਆਉਂਦਾ ਸੀ। ਮੈਂ ਉਹ ਰੈਗੂਲਰ ਨਹੀਂ ਪੜ੍ਹਦਾ ਜੀ, ਬਾਕੀ ਪੜ੍ਹਾਈ ਦੂਜੀ ਜਿਹੜੀ ਮੈਟ੍ਰਿਕ ਵਗੈਰਾ ਵਾਲੀ ਸੀ ਉਹ ਵੀ ਕਰਦਾ ਸੀ। ਅੱਛਾ, ਉਹ ਮਤਲਬ ਲਿਟਰੇਚਰ ਦਾ ਮੇਰਾ ਜਿਹੜਾ ਇੰਸਪੀਰੇਸ਼ਨ ਕਹਿ ਲਓ ਜੀ, ਉਹ ਕੋਈ ਇਹ ਨਹੀਂ ਹੈ ਕਿ ਮੈਂ ਇਹ ਸੋਚਦਾ ਰਿਹਾ ਜਾਂ ਮੈਨੂੰ ਖਿਆਲ ਆਇਆ ਕਿ ਮੈਂ ਕਹਾਣੀ ਲਿਖਾਂ ਜੀ ਜਾਂ ਮੈਂ ਨਾਵਲ ਲਿਖਾਂ, ਕਦੇ ਨਹੀਂ, ਬਿਲਕੁਲ ਵੀ। ਲੇਕਿਨ ਜਦੋਂ ਕੋਈ ਨਾਵਲ ਪੜ੍ਹਦਾ ਸੀ, ਕਹਾਣੀ ਪੜ੍ਹਦਾ ਸੀ, ਉਦੋਂ ਮੈਂ ਇੰਨੇ ਧਿਆਨ ਨਾਲ ਪੜ੍ਹਦਾ ਸੀ। ਨਾਵਲਕਾਰ ਗੁਰਦਿਆਲ ਸਿੰਘ ਪੰਜਾਬੀ ਨਾਵਲ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਹੈ। ਉਹ ਬਹੁਤ ਹੀ ਸਿਰੜੀ, ਸੰਜੀਦਾ ਅਤੇ ਮਿਹਨਤੀ ਲੇਖਕ ਵਜੋਂ ਜਾਣੇ ਜਾਂਦੇ ਨੇ। ਉਹ ਪੂਰੇ ਸੰਘਰਸ਼ ਵਿੱਚੋਂ ਨਿਕਲੇ ਨੇ। ਉਹ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਤੋਂ ਲੈ ਕੇ ਹਾਈ ਸਕੂਲ ਦੇ ਅਧਿਆਪਕ ਤੋਂ, ਫਿਰ ਉਹ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਤੱਕ ਪ੍ਰੋਫੈਸਰ ਦੇ ਸਥਾਨ ਤੱਕ ਪਹੁੰਚੇ ਨੇ। ਔਰ ਇਹ ਉਹਨਾਂ ਦੀ ਲਗਾਤਾਰ ਮਿਹਨਤ ਅਤੇ ਲਗਾਤਾਰ ਪੜ੍ਹਨ ਦਾ ਜਿਹੜਾ ਹੈ ਉਹਦਾ ਜਿਹੜਾ ਹੈ ਸਾਹਮਣੇ ਆਇਆ ਸਾਰਾ ਕੁਝ। ਔਰ ਨਾਲ ਨਾਲ ਉਹਨਾਂ ਨੇ ਬੇਸ਼ੱਕ ਪਹਿਲਾਂ ਕਹਾਣੀ ਤੋਂ ਗੱਲ ਸ਼ੁਰੂ ਕੀਤੀ ਸੀਗੀ, ਪਰ ਇੱਕਦਮ ਅਣਹੋਏ ਨਾਵਲ ਤੋਂ ਉਹ ਬਹੁਤ ਜ਼ਿਆਦਾ ਵਿਦਵਾਨਾਂ ਵੱਲੋਂ ਨੋਟਿਸ ਲਿਆ ਜਾਣ 'ਤੇ ਉਹਨੂੰ ਇੱਕ ਨਾਵਲਕਾਰ ਵਜੋਂ ਮਾਨਤਾ ਮਿਲੀ। ਜੇ ਕਿਹਾ ਜਾਵੇ ਵੀ ਨਾਨਕ ਸਿੰਘ ਤੋਂ ਬਾਅਦ ਸਭ ਤੋਂ ਵੱਧ ਜੇ ਕਿਸੇ ਨਾਵਲਕਾਰ ਦੀ ਚਰਚਾ ਹੋਈ ਹੈ ਤਾਂ ਉਹ ਗੁਰਦਿਆਲ ਸਿੰਘ ਨਾਵਲਕਾਰ ਦੀ ਚਰਚਾ ਹੋਈ ਹੈ। ਬਹੁਤ ਹੀ ਸਮਝ ਕੇ ਲਿਖਣ ਵਾਲੇ ਔਰ ਬਹੁਤ ਹੀ ਧੀਮੀ ਗਤੀ ਵਿੱਚ ਲਿਖਣ ਵਾਲੇ ਨਾਵਲਕਾਰ ਵਜੋਂ ਉਹ ਜਾਣੇ ਜਾਂਦੇ ਨੇ, ਪਾਠਕਾਂ ਵਿੱਚ ਵੀ, ਵਿਦਵਾਨਾਂ ਵਿੱਚ ਵੀ। ਔਰ ਉਹ ਜੇ ਉਹ ਆਪ ਵੀ ਜੇ ਉਹਨਾਂ ਦੇ ਸ਼ਬਦਾਂ ਵਿੱਚ ਹੀ ਗੱਲ ਕਰਨੀ ਹੋਵੇ ਤਾਂ ਗੁਰਦਿਆਲ ਸਿੰਘ ਕਹਿੰਦੇ ਨੇ ਕਿ ਚਾਹੇ ਉਹਨਾਂ ਨੂੰ ਕੋਈ ਸ਼ਾਹਕਾਰ ਕਹੇ ਜਾਂ ਨਾ ਕਹੇ, ਜਿਹੜੇ ਨਾਵਲ ਉਹਨਾਂ ਨੇ ਲਿਖੇ ਨੇ ਉਹ ਲਗਾਤਾਰ ਜਿਹੜੇ ਹੈ ਲਿਖਦੇ ਨੇ, ਦੁਬਾਰਾ ਲਿਖਦੇ ਨੇ, ਫਿਰ ਲਿਖਦੇ ਨੇ, ਸੋਧਦੇ ਨੇ, ਫਿਰ ਲਿਖਦੇ ਨੇ। ਪਰ ਉਹ ਕਹਿੰਦੇ ਨੇ ਵੀ ਜਦੋਂ ਮੇਰੀ ਰਚਨਾ ਪਾਠਕਾਂ ਤੱਕ ਚਲੀ ਜਾਂਦੀ ਹੈ, ਜਦੋਂ ਮੇਰੀ ਰਚਨਾ ਜਿਹੜੀ ਹੈ ਮੇਰੇ ਹੱਥੋਂ ਨਿਕਲ ਜਾਂਦੀ ਹੈ, ਪੁਸਤਕ ਰੂਪ ਵਿੱਚ ਆ ਜਾਂਦੀ ਹੈ, ਤਾਂ ਚਾਹੇ ਉਹ ਸ਼ਾਹਕਾਰ ਹੋਵੇ, ਚਾਹੇ ਉਹਨੂੰ ਪਾਠਕ ਨਿਖਿੱਤ ਕਹਿਣ, ਮੈਨੂੰ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਆਪਣੀ ਪ੍ਰਸ਼ੰਸਾ ਜਾਂ ਨਿੰਦਿਆ ਸੁਣ ਪੜ੍ਹ ਕੇ ਮੇਰੇ 'ਤੇ ਕੋਈ ਅਸਰ ਨਹੀਂ ਹੁੰਦਾ। ਕਾਰਨ ਇਹੋ ਹੈ ਕਿ ਛਪਣ ਪਿੱਛੋਂ ਕੋਈ ਵੀ ਲਿਖਤ ਲੇਖਕ ਦੀ ਆਪਣੀ ਨਹੀਂ ਰਹਿੰਦੀ। ਔਰ ਦੇਖੋ ਇਸ ਦਾ ਪ੍ਰਮਾਣ ਇਹ ਹੈ ਵੀ ਜਦੋਂ ਨਾਵਲ ਪਰਸਾ ਛਪਿਆ ਸੀ, ਉਸ ਤੋਂ 17 ਸਾਲ ਬਾਅਦ ਉਹਨਾਂ ਦਾ ਨਾਵਲ ਆਣ ਜਿਹੜਾ ਛਪ ਕੇ ਆਇਆ। ਔਰ ਉਹ ਆਣ ਇੱਕਦਮ ਵਿਦਵਾਨਾਂ ਦੀ ਨਿਗਾਹ ਵਿੱਚ, ਪਾਠਕਾਂ ਦੀ ਨਿਗਾਹ ਵਿੱਚ, ਔਰ ਜਿਸ ਤਰ੍ਹਾਂ ਪਾਠਕ ਉਸ ਦੀ ਰਚਨਾ ਨੂੰ ਉਡੀਕਦੇ ਹੁੰਦੇ ਸਨ ਵੀ ਇੰਨੇ ਸਾਲਾਂ ਬਾਅਦ ਆਇਆ, ਉਸਦਾ ਭਰਪੂਰ ਸਵਾਗਤ ਕੀਤਾ ਗਿਆ ਔਰ ਸਾਰੇ ਜਿਹੜੇ ਅਦਾਰਿਆਂ ਦੇ ਵਿੱਚ ਉਸ ਨਾਵਲ ਦੀ ਭਰਪੂਰ ਚਰਚਾ ਹੋਈ। ਕਿਉਂਕਿ ਉਹ ਇੱਕ ਖਾਸ, ਜਦੋਂ ਵੀ ਉਹ ਲਿਖਦੇ ਨੇ ਕੋਈ ਨਾਵਲ, ਉਹ ਇੱਕ ਖਾਸ ਮਿਸ਼ਨ ਨੂੰ ਲੈ ਕੇ, ਖਾਸ ਮਕਸਦ ਨੂੰ ਲੈ ਕੇ ਔਰ ਖਾਸ ਇੱਕ ਵਿਸ਼ੇ ਨੂੰ ਲੈ ਕੇ ਉਹ ਨਾਵਲ ਲਿਖਦੇ ਨੇ, ਜਿਸਦੇ ਬਾਰੇ ਉਹ ਪਹਿਲਾਂ ਬਹੁਤ ਮਿਹਨਤ ਕਰਦੇ ਨੇ। ਔਰ ਮੇਰਾ ਖਿਆਲ ਹੈ ਵੀ ਜਿਹੜੇ ਦੂਸਰੇ ਸਾਡੇ ਨਾਵਲਕਾਰ ਨੇ ਉਹ ਉਸ ਤਰ੍ਹਾਂ ਦੀ ਸੰਜੀਦਾ, ਉਸ ਤਰ੍ਹਾਂ ਦਾ ਉਹਦੇ 'ਚ ਫਲਸਫਾ, ਉਸ ਤਰ੍ਹਾਂ ਦਾ ਉਸ ਨੂੰ ਉਸਦੀ ਪੇਸ਼ਕਾਰੀ, ਉਸ ਤਰ੍ਹਾਂ ਦਾ ਬਰਤਾਂਤ ਸਿਰਜਣ ਦੇ ਵਿੱਚ ਕਿਤੇ ਨਾ ਕਿਤੇ ਜਾਣੀ ਓਨੀ ਮਿਹਨਤ ਔਰ ਓਨੀ ਫਿਕਰਮੰਦੀ ਨਹੀਂ ਦਿਖਾਉਂਦੇ ਜਿੰਨੀ ਗੁਰਦਿਆਲ ਸਿੰਘ ਆਪਣੀ ਰਚਨਾ ਬਾਰੇ ਕਰਦੇ ਨੇ। ਔਰ ਪੰਜਾਬੀ ਨਾਵਲ ਦਾ ਇਹ ਹਾਸਲ ਹੈ ਗੁਰਦਿਆਲ ਸਿੰਘ ਸਾਡੇ ਲਈ ਵੀ ਉਹ ਇੱਕ ਤਰ੍ਹਾਂ ਦਾ ਨਵੇਂ ਆਉਣ ਵਾਲੇ ਨਾਵਲਕਾਰਾਂ ਲਈ ਰੋਲ ਮਾਡਲ ਵੀ ਨੇ ਔਰ ਉਹਨਾਂ ਦੀਆਂ ਰਚਨਾਵਾਂ ਤੋਂ ਪ੍ਰੇਰਣਾ ਵੀ ਮਿਲਦੀ ਹੈ ਸਾਨੂੰ ਔਰ ਸਾਨੂੰ ਇੱਕ ਜਾਚ ਆਉਂਦੀ ਹੈ ਵੀ ਕਿਸ ਤਰ੍ਹਾਂ ਜਿਹੜੀ ਇੱਕ ਰਚਨਾ ਜੇ ਅਸੀਂ ਸਮਰੱਥ ਲਿਖਣੀ ਹੈ ਤਾਂ ਉਹਦੇ ਬਾਰੇ ਕਿਸ ਤਰ੍ਹਾਂ ਸੋਚਣਾ ਹੈ, ਕਿਸ ਤਰ੍ਹਾਂ ਉਸਨੂੰ ਲਿਖਣਾ ਹੈ, ਕਿਸ ਤਰ੍ਹਾਂ ਉਸਨੂੰ ਸਮਾਂ ਦੇਣਾ ਹੈ। ਬਥੇਰੇ ਨਾਵਲਕਾਰ ਅਜਿਹੇ ਵੀ ਨੇ ਜਿਹੜੇ ਇਹ ਕਹਿੰਦੇ ਨੇ ਵੀ ਮੈਂ ਇੱਕ ਹਫ਼ਤੇ ਵਿੱਚ ਇੱਕ ਨਾਵਲ ਲਿਖ ਦਿੰਦਾ, ਮੈਂ 6 ਮਹੀਨੇ ਵਿੱਚ ਇੱਕ ਨਾਵਲ ਲਿਖ ਦਿੰਦਾ, ਮੈਂ ਸਾਲ ਵਿੱਚ ਇੱਕ ਨਾਵਲ ਲਿਖ ਦਿੰਦਾ। ਬਥੇਰੇ ਸਾਡੇ ਲੇਖਕ ਨੇ ਜਿਨ੍ਹਾਂ ਦਾ ਹਰ ਸਾਲ ਇੱਕ ਨਾਵਲ ਆਉਂਦਾ ਹੈ ਜਾਂ ਇਸ ਤਰ੍ਹਾਂ ਦੇ ਹੋਰ ਵੀ ਉਦਾਹਰਨਾਂ ਨੇ, ਪਰ ਗੁਰਦਿਆਲ ਸਿੰਘ ਨੂੰ ਇਹੋ ਜਿਹੀ ਕੋਈ ਕਾਹਲ ਨਹੀਂ ਹੁੰਦੀ। ਔਰ ਇਸੇ ਕਰਕੇ
ਉਸ ਦੀ ਹਰ ਰਚਨਾ ਜਦੋਂ ਵੀ ਆਉਂਦੀ ਹੈ ਪਾਠਕ ਉਸ ਨੂੰ ਉਡੀਕਦੇ ਨੇ ਔਰ ਉਸ ਦੀ ਭਰਪੂਰ ਪ੍ਰਸ਼ੰਸਾ ਹੁੰਦੀ ਹੈ ਔਰ ਹਰ ਵਰਗ ਵੱਲੋਂ ਉਸ ਨੂੰ ਜਿਆ ਆਖਿਆ ਜਾਂਦਾ ਹੈ। ਮੈਂ ਅਪਮਾਨ ਕਰਦਾ ਵੀ ਮੈਂ ਗੁਰਦਿਆਲ ਸਿੰਘ ਨੂੰ ਇੱਕ ਆਪਣੇ ਗੁਰੂ ਵਜੋਂ ਉਸ ਨੂੰ ਬਹੁਤ ਨੇੜੇ ਤੋਂ ਜਾਣਦਾ ਔਰ ਉਹ ਵੀ ਮੇਰੇ ਨਾਲ ਉਹਨਾਂ ਦਾ ਇਸ ਤਰ੍ਹਾਂ ਹੀ ਲਗਾਓ ਹੈ। ਪ੍ਰੋਫੈਸਰ ਗੁਰਦਿਆਲ ਸਿੰਘ ਦੀ ਸ਼ਾਦੀ ਸੰਨ 1946 ਵਿੱਚ ਸ਼੍ਰੀਮਤੀ ਬਲਵੰਤ ਕੌਰ ਨਾਲ ਹੋਈ। ਇਸੇ ਸਾਲ ਹੀ ਉਸਨੇ ਆਪਣੀ ਪਹਿਲੀ ਇਕਾਂਗੀ ਇੱਕ ਸੀ ਕੁੜੀ ਦੀ ਵੀ ਸਿਰਜਣਾ ਕੀਤੀ। ਸੰਨ 1955 ਤੱਕ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਘਰ ਦੋ ਬੇਟੀਆਂ ਅਤੇ ਇੱਕ ਬੇਟੇ ਨੇ ਜਨਮ ਲੈ ਲਿਆ ਸੀ ਅਤੇ ਉਸਨੇ ਪ੍ਰਾਇਮਰੀ ਅਧਿਆਪਕ ਵਜੋਂ ਇੱਕ ਸਾਲ ਸਰਵਿਸ ਵੀ ਕਰ ਲਈ ਸੀ। ਇਸੇ ਹੀ ਸਾਲ ਉਸਨੇ ਆਪਣੀ ਆਮਦਨੀ ਵਧਾਉਣ ਖਾਤਰ ਅਨੁਵਾਦ ਕਰਨੇ ਸ਼ੁਰੂ ਕੀਤੇ ਅਤੇ ਲਗਭਗ 30 ਪੁਸਤਕਾਂ ਅੰਗਰੇਜ਼ੀ ਹਿੰਦੀ ਤੋਂ ਪੰਜਾਬੀ ਵਿੱਚ ਅਤੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਕੀਤੀਆਂ। ਜਦੋਂ ਮੈਨੂੰ ਪਤਾ ਲੱਗਿਆ ਉਹ DPI ਤੋਂ ਮੈਂ ਆਪ ਸਾਈਨ ਕਰਵਾ ਕੇ ਮੈਂ ਇੱਥੇ ਜੈਤੋ ਸਕੂਲ 'ਚ ਜੁਆਇਨ ਕਰ ਲਿਆ ਹਾਈ ਸਕੂਲ 'ਚ, ਕਿਉਂਕਿ ਪੰਜਾਬੀ ਟੀਚਰ ਬਣ ਗਏ। ਹਾਂਜੀ, ਇੱਥੇ ਮੈਂ 2 ਸਾਲ ਰਿਹਾ। ਦੋਵਾਂ ਸਾਲਾਂ ਦੇ ਅੰਦਰ ਅੰਦਰ ਕਾਲਜ ਦੇ ਲੈਕਚਰਰ ਦੀਆਂ ਦੋ ਵਾਰ ਕੋਰਸਾਂ ਨਿਕਲੀਆਂ। ਪਹਿਲੀ ਵਾਰੀ ਮਤਲਬ ਮੇਰਾ ਨਾਂ ਆ ਗਿਆ, ਬਾਅਦ 'ਚ ਕੱਟਿਆ ਗਿਆ। ਜਿਹੜਾ ਸੁਪਰਡੈਂਟ ਸੀ ਨਾ ਪਬਲਿਕ ਸਰਵਿਸ ਕਮਿਸ਼ਨ ਦਾ, ਉਹ ਮੇਰਾ ਦੋਸਤ ਸੀ। ਉਹਨੇ ਪਹਿਲਾਂ ਮੈਨੂੰ ਵਧਾਈ ਦੀ ਚਿੱਠੀ ਲਿਖਤੀ ਅਤੇ ਮਗਰੋਂ 5-7 ਦਿਨਾਂ ਵਿੱਚ ਉਹ ਚਿੱਠੀ ਆ ਗਈ, ਕਹਿੰਦਾ ਭਰਾਵਾ ਉਹ ਤਾਂ ਕੰਮ ਫਿਸ ਹੋਇਆ। ਚਲੋ, ਬੜਾ ਅਫਸੋਸ ਹੋਇਆ। ਇੱਥੇ ਮਾਸਟਰ ਸੀ ਜਿਹੜਾ, ਉਹ ਮੈਨੂੰ ਵਾਰ ਵਾਰ ਕਹੇ ਜੀ ਤੁਸੀਂ BEd ਕਿਉਂ ਨਹੀਂ ਕਰਦੇ। ਮੈਂ ਕਿਹਾ ਜੀ BEd ਕਿਵੇਂ ਕਰਾਂ, ਬੱਚੇ ਸਕੂਲ 'ਚ ਪੜ੍ਹਦੇ ਆ, ਮੈਂ ਤਨਖਾਹ ਨਾਲ ਗੁਜ਼ਾਰਾ ਨਹੀਂ ਆਉਂਦਾ। ਉਹ ਐਡਾ ਅਜੀਬ ਬੰਦਾ ਸੀ, ਮੈਨੂੰ ਕਹਿਣ ਲੱਗਿਆ, ਕਹਿੰਦਾ ਦੇਖੋ ਗੁੱਸਾ ਤਾਂ ਮੰਨਿਆ ਉਹਨਾਂ, ਮੈਂ ਤੁਹਾਨੂੰ ਕਰਜ਼ ਦੇਣਾ, ਤੁਸੀਂ ਕਰਜ਼ ਸਮਝ ਕੇ ਜਦੋਂ ਮਰਜ਼ੀ ਮੋੜ ਦਿਓ, ਲੇਕਿਨ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਵੀ ਤੁਸੀਂ ਐਡਾ ਟੈਲੈਂਟਡ ਬੰਦਾ ਹੋਵੇ, ਕਿਉਂਕਿ ਉਹਦੇ ਮੇਰੇ ਕਹਾਣੀਆਂ ਦੇ ਸੰਗ੍ਰਹਿ ਛਪ ਗਏ ਸੀ, ਨਾਵਲ ਛਪ ਗਿਆ ਸੀ ਅੱਡ ਮੜੀ ਦਾ ਦੀਵਾ, ਹੋਰ ਕਈ ਕਿਤਾਬਾਂ ਛਪ ਗਈਆਂ ਜੀ ਬੱਚਿਆਂ ਬਾਰੇ। ਅੱਛਾ, ਪੰਜਾਬੀ ਵਿੱਚ ਮਤਲਬ ਇੱਕ ਨਵੀਂ ਪੀੜ੍ਹੀ ਦੇ ਵਿੱਚੋਂ ਆਇਆ ਲੇਖਕ ਸੀ ਜਿਹੜਾ, ਉਹ ਪਹਿਲੀਆਂ ਲਿਖਤਾਂ ਦੇ ਨਾਲ ਹੀ ਮਸ਼ਹੂਰ ਹੋ ਗਿਆ ਜੀ। ਉਹ ਕਹਿੰਦਾ ਮੈਂ ਇੰਨੀ ਤੁਸੀਂ ਮਸ਼ਹੂਰੀ ਖੱਟ ਲਈ, ਇੰਨਾ ਤੁਸੀਂ ਕਰ ਲਿਆ, ਤੁਸੀਂ BEd ਕਰਿਆ, ਉਹ ਐਵੇਂ ਕਹਿੰਦਾ ਤੁਹਾਨੂੰ ਤਨਖਾਹ ਵੱਧ ਜੂਗੀ, ਹੋਰ ਵੱਧ ਜੂਗੀ। ਜਿਹਨੂੰ ਨੇ 3-4 ਵਾਰੀ ਕਿਹਾ, ਮੈਂ ਕਿਹਾ ਹਰਮਾਨ ਸਾਹਿਬ ਗੱਲ ਇਹ ਹੈ ਵੀ ਮੇਰਾ ਟਾਰਗੇਟ ਹੀ ਹੋਰ ਹੈ, ਮੈਂ ਜਾਣਾ ਹੀ ਕਾਲਜ 'ਚ ਹੈ। ਅੱਛਾ ਜੀ, ਮੈਂ BEd ਤਾਂ ਕਰਾਂ ਜੀ ਮੈਂ ਸਕੂਲ 'ਚ ਰਹਿਣਾ ਹੋਵੇ। ਖੈਰ, ਚੁੱਪ ਕਰ ਗਿਆ। ਉਹਨਾਂ ਦਿਨਾਂ ਵਿੱਚ ਜਦੋਂ ਪੋਸਟਾਂ ਨਿਕਲੀਆਂ, ਅੱਛਾ ਸਿਲੈਕਟ ਹੋ ਗਿਆ ਇੱਧਰੋਂ, ਅਕਾਲੀਆਂ ਨੇ ਆਪਦੀ ਮਤਲਬ ਪੈਰ ਕੁਹਾੜਾ ਮਾਰਿਆ। ਉਸ ਸਾਲ ਵੀ ਇਹ ਆਰਡਰ ਕਰਤਾ ਕਿ ਸਕੂਲ ਦਾ ਕੋਈ ਮਾਸਟਰ ਜਿਹੜਾ ਉਹ ਆਪਦੇ ਪਿੰਡ ਤੋਂ 20 ਮੀਲ ਨੇੜੇ ਨਹੀਂ ਰਹਿ ਸਕਦਾ। ਅੱਛਾ, ਮੇਰੀ ਬਦਲੀ ਚੱਕ ਕੇ ਪੁੱਛੋ ਗੱਲ, ਮੈਨੂੰ ਔਡਰ ਆ ਗਏ ਸੀਗੇ ਉਹਦੇ ਮਤਲਬ ਸਿਲੈਕਸ਼ਨ ਦੇ ਹੋਰ ਸਾਰੇ। ਮੈਂ ਔਖੇ ਸੌਖੇ 2 ਮਹੀਨੇ ਉੱਥੇ ਕੱਟ ਕੇ ਅਤੇ 71 ਜੁਲਾਈ ਦੇ ਵਿੱਚ ਮੈਂ ਇੱਥੇ ਜੁਆਇਨ ਕਰ ਲਿਆ ਫਰੀਦਕੋਟ। ਉਹ ਵੀ ਬੜਾ ਲੰਬਾ ਕਿੱਸਾ ਵੀ ਕਿਵੇਂ ਹੋਇਆ ਕਿਵੇਂ ਨਹੀਂ, ਉਹਦੀ ਗੱਲ ਨਹੀਂ ਹੈ। ਮੈਨੂੰ ਮਤਲਬ ਉੱਥੇ ਗਏ ਨੂੰ
ਪ੍ਰਿੰਸੀਪਲ ਨੇ ਬੁਲਾ ਕੇ ਮੈਨੂੰ ਕਹਿਣ ਲੱਗਿਆ, ਮੈਨੂੰ ਪਤਾ ਨਹੀਂ ਤੁਸੀਂ ਚਾਹੋਗੇ ਕਿ ਨਹੀਂ ਚਾਹੋਗੇ, ਸਾਡੀ ਜਿਹੜੀ ਪੰਜਾਬੀ ਦੀ ਐੱਮ ਏ ਦੀ ਕਲਾਸ ਹੈ ਨਾ, ਉਹਦੇ 'ਚ ਇੱਕ ਟੀਚਰ ਘੱਟ ਹੈ, ਲੇਕਿਨ ਰੂਲਸ ਅਨੁਸਾਰ 5 ਸਾਲ ਦੀ ਸਰਵਿਸ ਹੋਣੀ ਚਾਹੀਦੀ ਹੈ ਐੱਮ ਏ ਨੂੰ ਪੜ੍ਹਾਉਣ ਵਾਸਤੇ। ਮੈਂ ਕਹਿੰਦਾ ਇਸ ਗੱਲ ਦੀ ਪਰਵਾਹ ਨਹੀਂ ਕਰਦਾ, ਤੁਸੀਂ ਦੱਸੋ ਪੜ੍ਹਾਉਣਾ ਚਾਹੋਗੇ। ਮੈਂ ਕਿਹਾ ਜੀ ਮੈਂ ਕਿਉਂ ਨਹੀਂ ਪੜ੍ਹਾਉਣਾ ਚਾਹੂੰਗਾ, ਮੈਂ ਲਿਟਰੇਚਰ ਪੜ੍ਹ ਪੜ੍ਹ ਕੇ ਲਿਖ ਲਿਖ ਕੇ ਇੰਨੀ ਉਮਰ ਉਤਸਾਹਤੀ। ਕਹਿੰਦੇ ਠੀਕ ਹੈ, ਇੱਥੇ ਮੈਂ ਰਿਹਾ 71 ਤੋਂ 86 ਤੱਕ 15 ਸਾਲ, ਉਦੋਂ ਪਿੱਛੋਂ ਐੱਸ ਐੱਸ ਜੋਲ ਡੀ ਵੀ ਸੀ ਲੱਗ ਕੇ ਆ ਗਿਆ ਪੰਜਾਬੀ ਯੂਨੀਵਰਸਿਟੀ ਦਾ, ਅਤੇ ਉਸਨੇ ਪੋਸਟਾਂ ਕੱਢਤੀਆਂ, ਮੈਂ ਅਪਲਾਈ ਕਰਤਾ, ਉਹਨੇ ਮੈਨੂੰ ਕੁਛ ਨਹੀਂ ਪੁੱਛਿਆ, ਮੈਨੂੰ ਜਾਣਦਾ ਸੀ। ਮੈਨੂੰ ਕਹਿੰਦਾ ਗੁਰਦਿਆਲ ਸਿੰਘ ਜੀ, ਸਿਰਫ ਮੈਂ ਉੱਥੋਂ ਇਹ ਪੁੱਛਣਾ ਵੀ ਤੁਸੀਂ ਸਕੂਲ ਉੱਥੋਂ ਕਾਲਜ 'ਚੋਂ ਔਨ ਡੈਪੂਟੇਸ਼ਨ ਆਉਣਾ ਹੈ ਕਿ ਰਿਜ਼ਾਈਨ ਕਰਕੇ ਆਉਣਾ? ਮੈਂ ਆਖਿਆ ਜੀ ਮੈਂ ਅਜੇ ਡਿਸਾਈਡ ਨਹੀਂ ਕੀਤਾ। ਚਲੋ ਕਹਿੰਦਾ ਕੋਈ ਨਹੀਂ, ਜੋ ਡਿਸਾਈਡ ਕਰ ਲਿਆ ਉਦੋਂ ਹੋਜੂ। ਉਹ 1 ਸਾਲ ਮੈਂ ਔਨ ਡੈਪੂਟੇਸ਼ਨ ਰਿਹਾ ਉੱਥੇ, ਉਦੋਂ ਪਿੱਛੋਂ ਪੋਸਟਾਂ ਘੱਟ ਸੀ, ਰੀਡਰ ਦੀ ਪੋਸਟ ਘੱਟ ਸੀ ਉਹਨਾਂ ਨੇ ਯੂਨੀਵਰਸਿਟੀ ਨੇ, ਅਤੇ ਮੈਂ ਕੁਆਲੀਫਾਈ ਕਰਦਾ ਸੀ, ਮੈਂ ਅਪਲਾਈ ਕਰਦਾ, ਮੈਂ ਰੀਡਰ ਬਣ ਗਿਆ। 2 ਸਾਲ ਬਾਅਦ ਫਿਰ ਫਾਰਮੂਲਾ ਯੂਨੀਵਰਸਿਟੀ ਨੇ ਉਹੀ ਲਾਗੂ ਕਰਤਾ ਜਿਹੜਾ ਯੂਨੀਵਰਸਿਟੀ ਜਾਂਦਾ, 1 ਪ੍ਰੋਫੈਸਰ 2 ਰੀਡਰ 4 ਲੈਕਚਰਰ, ਇਹ ਹਰ ਡਿਪਾਰਟਮੈਂਟ ਹੁੰਦੇ। ਅੱਛਾ, ਇੱਥੇ ਪ੍ਰੋਫੈਸਰ ਹੈ ਨਹੀਂ ਸੀ, ਰੀਡਰ ਅਸੀਂ 2 ਸੀਗੇ, ਇੱਕ ਮੈਂ ਸੀ, ਇੱਕ ਡਾਕਟਰ ਟੀ ਆਰ ਵਿਨੋਦ। ਅੱਛਾ, ਮੈਂ ਅਪਲਾਈ ਕੀਤਾ, ਪਾਸ ਹੋ ਗਿਆ, ਸਿਲੈਕਸ਼ਨ ਉਵੇਂ ਹੀ ਹੋਈ। ਡਾਕਟਰ ਅਸਰ ਸਿੰਘ ਸਾਡੇ ਬਹੁਤ ਵੱਡੇ ਕ੍ਰਿਟਿਕ ਸੀਗੇ, ਉਹ ਐਕਸਪਰਟ ਬਣ ਕੇ ਆਏ ਸੀ। ਜਦੋਂ ਮੈਂ ਦੇਣ ਗਿਆ ਅੰਦਰ ਇੰਟਰਵਿਊ, ਡਾਕਟਰ ਦਲੀਪ ਕੌਰ ਟਿਵਾਣਾ ਉਦੋਂ ਪੰਜਾਬੀ ਦੀ ਹੈੱਡ ਹੁੰਦੀ ਸੀ, ਉਹਨੇ ਪੁੱਛਿਆ ਮੈਨੂੰ, ਕਹਿੰਦੇ ਐਂ ਕਰੋ ਤੁਸੀਂ ਵੀ ਸੀ ਸਾਹਿਬ ਨੂੰ ਨਾ ਆਪਦੇ ਜਿਹੜੇ ਅਵਾਰਡ ਲਏ ਉਹ ਦੱਸ ਦਿਓ। ਮੈਂ ਕਿਹਾ ਮੈਡਮ ਤੁਹਾਨੂੰ ਪਤਾ, ਤੁਸੀਂ ਦੱਸ ਦਿਓ, ਨਹੀਂ ਇਹ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਆ। ਹਾਂ ਠੀਕ ਹੈ, ਮੈਂ 2-4 ਦੱਸਿਆ। ਉਹ ਵੀ ਸੀ ਬੜਾ ਨਾਈਸ ਬੰਦਾ ਸੀ, ਐੱਚ ਕੇ ਮਨਮੋਹਨ ਸਿੰਘ ਸੀ, ਅਤੇ ਮਗਰੋਂ ਮੈਂ ਜਦੋਂ 1-2 ਅਵਾਰਡ ਜੇ ਦੱਸੇ, ਉਹ ਅਸਰ ਸਿੰਘ ਮੈਨੂੰ ਕਹਿਣ ਲੱਗ ਗਏ ਛੱਡ ਜਾ ਜਾ। ਅੱਛਾ, ਹੁਣ ਐਕਸਪਰਟ ਦਾ ਕਿਹਾ ਵੀ ਸੀ ਵੀ ਕਿਵੇਂ ਮੋੜੇ, ਮੈਂ ਬਾਹਰ ਆ ਗਿਆ ਬਿਨਾਂ ਸਵਾਲ ਜਵਾਬ ਤੋਂ। ਮਗਰੋਂ ਡਾਕਟਰ ਅਤਰ ਸਿੰਘ ਕਹਿਣ ਲੱਗਿਆ ਵੀ ਇਹ 2 ਹੀ ਐਪਲੀਕੈਂਟ ਹੈ ਅਤੇ ਦੋਵੇਂ ਇਸ ਪੋਸਟ ਦੇ ਯੋਗ ਹੈ, ਅਤੇ ਦੋਹਾਂ ਨੂੰ ਲਾਉਣਾ ਪਊ। ਵੀ ਸੀ ਕਹਿੰਦਾ ਹੱਥ ਬੰਨਦੇ ਉਹਨੇ, ਕਹਿੰਦਾ ਮਹਾਰਾਜ ਤੁਹਾਡੇ ਮੂਹਰੇ ਹੱਥ ਬੰਨੇ, ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਇਹ ਕੀ ਕਰਨਾ, ਪੋਸਟ ਇੱਕ ਕੱਢੀ ਹੈ ਤੁਸੀਂ ਕਹੀ ਜਾਣੇ 2 ਨੂੰ ਰੱਖਣਾ। ਉਹ ਕਹਿੰਦਾ ਤੁਹਾਡੇ ਕੋਲ ਯੂਨੀਵਰਸਿਟੀ 'ਚ ਕਿੰਨੀਆਂ ਪੋਸਟਾਂ ਖਾਲੀ ਪਈਆਂ? ਉਹ ਕਹਿੰਦਾ 11। ਉਹਨਾਂ 11 'ਚੋਂ ਕਹਿੰਦਾ 1 ਪੰਜਾਬੀ 'ਚ ਨਹੀਂ ਦਿੱਤੀ ਜਾ ਸਕਦੀ? ਉਹ ਬੜਾ ਭਲਾ ਜਿਹਾ ਬੰਦਾ ਸੀ, ਮੈਨੂੰ ਵੀ ਜਾਣਦਾ ਸੀ, ਉੱਠ ਕੇ ਤੁਰ ਗਿਆ ਜੀ, ਆਪਦੇ ਪਿੱਛੇ ਜਾ ਬੈਠਾ ਰਿਟਾਇਰਿੰਗ ਰੂਮ 'ਚ, ਅਤੇ ਡਾਕਟਰ ਅਤਰ ਸਿੰਘ ਨੇ ਆਪਦੇ ਹੱਥ ਨਾਲ ਨੋਟ ਲਿਖਿਆ ਵੀ ਦੋਵੇਂ ਬੰਦੇ ਪ੍ਰੋਫੈਸਰ ਲੱਗਣ ਦੇ ਯੋਗ ਹੈ, ਅਤੇ ਯੂਨੀਵਰਸਿਟੀ ਵਿੱਚ 11 ਪੋਸਟਾਂ ਖਾਲੀ ਪਈਆਂ, ਉਹਦੇ 'ਚੋਂ 1 ਪੋਸਟ ਇੱਧਰ ਕਨਵਰਟ ਕੀਤੀ ਜਾਂਦੀ ਹੈ, ਅਤੇ ਇਹਨਾਂ ਦੋਹਾਂ ਨੂੰ ਲਾਇਆ ਜਾਣਾ। ਠੀਕ ਹੈ। ਅੱਛਾ, ਅਸੀਂ ਦੋਹਾਂ ਨੇ ਜੁਆਇਨ ਕੀਤਾ ਇਕੱਠਾ। ਉਹ ਮੇਰੇ ਨਾਲ ਉਮਰ 'ਚ ਛੋਟਾ ਸੀ, ਮੈਂ ਰਿਟਾਇਰਮੈਂਟ ਤੋਂ ਬਾਅਦ ਵੀ ਉਦੋਂ 2 ਸਾਲ ਰਿਹਾ। ਉਹ ਡਾਇਰੈਕਟਰੀ ਦੀ ਪੋਸਟ ਸੀ ਜਿਹੜੀ, ਉਹ ਸਾਡਾ ਰੀਡਰ ਸੀ ਇਕਨੋਮਿਕਸ ਦਾ, ਉਹ ਹੋਲਡ ਕਰ ਰਿਹਾ ਸੀ 3 ਸਾਲ ਤੋਂ, ਅਤੇ ਪ੍ਰੋਫੈਸਰ ਬਣਨ ਦੇ ਨਾਲ ਹੀ ਉਹ ਪੋਸਟ ਮੇਰੇ ਨਾਂ 'ਤੇ ਆਉਣੀ ਸੀ। ਮੈਂ ਜਾ ਕੇ ਪ੍ਰੋਫੈਸਰ ਦੇ ਤੌਰ 'ਤੇ ਪਹਿਲਾਂ ਜੁਆਇਨ ਕਰ ਰਿਹਾ, ਮਗਰੋਂ
ਜਦੋਂ ਵਿਨੋਦ ਨੇ ਕੀਤਾ ਉਹ ਸਿੱਧਾ ਡਾਇਰੈਕਟਰ ਦੀ ਪੋਸਟ 'ਤੇ ਜਾਂਦਾ ਰਿਹਾ। ਅੱਛਾ, ਉੱਥੇ 10 ਸਾਲ ਮੈਂ ਉੱਥੇ ਰਿਹਾ ਬਠਿੰਡੇ ਰੀਜਨਲ ਸੈਂਟਰ 'ਚ। ਇੱਥੋਂ ਫਰੀਦਕੋਟ ਤੋਂ ਲੈ ਕੇ 71 ਤੋਂ 95 ਤੱਕ ਮੇਰਾ ਐੱਮ ਏ ਦਾ ਐਕਸਪੀਰੀਅੰਸ ਹੈ ਜੀ। ਉੱਥੇ ਵੀ ਐੱਮ ਏ ਕਲਾਸਿਸ ਸੀ, ਇੱਥੇ ਵੀ ਐੱਮ ਏ। ਪ੍ਰੋਫੈਸਰ ਗੁਰਦਿਆਲ ਸਿੰਘ ਦੇ 1960 ਵਿੱਚ ਛਪੇ ਨਾਵਲਟ ਟੁੱਕ ਖੋਲੇ ਕਾਵਾਂ ਨਾਲ ਬਾਲ ਸਾਹਿਤ ਵਿੱਚ ਅਲੌਕਿਕ ਕਥਾ ਦੀ ਥਾਂ ਦੁਖਾਂਤਕ ਅੰਤ ਵਾਲੀ ਯਥਾਰਥਵਾਦੀ ਰਚਨਾ ਵਜੋਂ ਨਵਾਂ ਸਫਲ ਪ੍ਰਯੋਗ ਹੋਇਆ। 1964 ਵਿੱਚ ਗੁਰਦਿਆਲ ਦਾ ਛਪਿਆ ਨਾਵਲ ਮੜੀ ਦਾ ਦੀਵਾ ਬੇਹੱਦ ਚਰਚਾ ਵਿੱਚ ਹੋਇਆ। ਮੜੀ ਦਾ ਦੀਵਾ ਦਾ ਰੂਸੀ ਭਾਸ਼ਾ ਵਿੱਚ ਅਨੁਵਾਦ ਜੋ 1970 ਵਿੱਚ ਹੋਇਆ ਦੀਆਂ 5 ਲੱਖ ਕਾਪੀਆਂ ਪ੍ਰਕਾਸ਼ਿਤ ਹੋਈਆਂ ਅਤੇ ਇਸੇ ਨਾਵਲ 'ਤੇ ਆਧਾਰਿਤ ਬਣੀ ਪੰਜਾਬੀ ਫਿਲਮ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਵੀ ਮਿਲੇ। ਪ੍ਰੋਫੈਸਰ ਗੁਰਦਿਆਲ ਸਿੰਘ ਅੱਜ ਪੰਜਾਬੀ ਸਾਹਿਤ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ, ਬੜੇ ਇਨਾਮ ਸਨਮਾਨ ਜਿਹੜੇ ਹੈਗੇ ਇਹਨਾਂ ਨੂੰ ਮਿਲੇ ਆ। ਤੁਸੀਂ ਦੱਸੋ ਕਿ ਇਹਨਾਂ ਦੇ ਨਾਲ ਤੁਹਾਡੀ ਲਾਈਫ ਕਿੱਦਾਂ ਦੀ ਰਹੀ ਹੈ? ਤਾਂ ਮੇਰੀ ਬਸ ਆਹੀ ਰਹੀ, ਰੋਟੀ ਪਕਾ ਲਈ, ਚਾਹ ਬਣਾ ਦਿੱਤੀ, ਜਾਕਾਂ ਨੂੰ ਸਾਂਭ ਲਿਆ ਜੀ। ਕਦੇ ਬਾਹਰ ਨਹੀਂ ਜਾਣਾ, ਕਦੇ ਅੰਦਰ ਨਹੀਂ ਜਾਣਾ, ਘਰੇ ਕਮਰੇ 'ਚ, ਦੀਵਾਰ ਰਸੋਈ 'ਚ ਜੀ, ਆਹੀ ਕੰਮ ਸੀ ਮੇਰਾ ਤਾਂ। ਅੱਛਾ, ਜਦੋਂ ਇਹ ਲਿਖਦੇ ਸੀਗੇ ਕਿੱਦਾਂ ਦਾ ਮਾਹੌਲ ਚਾਹੁੰਦੇ ਸੀ? ਵੀ ਜੇ ਬੱਚੇ ਕੋਲ ਹੈਗੇ ਆ ਜਾਂ ਇਹਨਾਂ ਨੂੰ ਕੋਈ ਡਿਸਟਰਬੈਂਸ ਨਹੀਂ ਹੁੰਦੀ ਜਾਂ ਕੋਈ ਅਕਾਂਤ ਚਾਹੁੰਦੇ ਸੀ? ਬੱਚੇ ਕੋਲ ਪਏ ਰਹਿੰਦੇ ਸੀ ਚੁੱਪ ਕਰਕੇ ਜੀ, ਕੋਈ ਰੌਲਾ ਨਹੀਂ ਪਾਉਂਦੇ ਸੀ, ਸੌ ਜਾਂਦੇ ਸੀ। ਮੈਂ ਬੈਠੀ ਰਹਿੰਦੀ, ਕਦੇ ਕੋਈ ਸਲਾਹੀਆਂ ਬਣਨੀਆਂ, ਕਦੇ ਦੇਣੀਆਂ, ਬਸ ਇਹੋ ਜਿਹਾ ਕੁਛ ਕਰਨਾ। ਅਤੇ ਇਹਨਾਂ ਨੂੰ ਹੁੰਦਾ ਸੀ ਕਿ ਜਦੋਂ ਇਹ ਲਿਖਦੇ ਸੀ ਇਹਨਾਂ ਨੂੰ ਕੋਈ ਚਾਹ ਚਾਹੀਦੀ ਹੈ ਜਾਂ ਪਾਣੀ ਜਾਂ ਕੋਈ ਹੋਰ? ਇਹ ਉਦੋਂ ਕਹਿ ਦਿੰਦੇ ਸੀ, ਬਣਾ ਦਿੰਦੇ ਜੀ। ਲਾਲਟਨ ਸੀ ਸਾਡੇ ਕੋਲ ਟੁੱਟੀ ਵੀ, ਰਾਤ ਨੂੰ ਬਾਰਾਂ ਹੁੰਦੇ ਬਜਾਏ ਉਹ ਲਾਲਟਨ ਸਿਰਾਣੇ ਰੱਖੀ, ਉੱਥੇ ਪਾਣੀ ਰੱਖਿਆ ਹੁੰਦਾ, ਕੋਲ ਦੁੱਧ ਰੱਖਿਆ ਹੁੰਦਾ, ਪੱਤੀ ਵਿੱਚ ਪਾ ਕੇ ਚੱਲ ਚਾਹ ਬਣ ਜਾਂਦੀ ਇੱਕ ਕੱਪ। ਅਸਲ 'ਚ ਇਹ ਤਾਂ ਜ਼ਿਆਦਾ ਪੜ੍ਹਦੇ ਰਹਿੰਦੇ ਸੀ ਜਾਂ ਲਿਖਦੇ ਰਹਿੰਦੇ ਸੀਗੇ, ਅਤੇ ਜਿਹੜਾ ਬੱਚਿਆਂ ਦਾ ਧਿਆਨ ਆ ਤੁਸੀਂ ਜ਼ਿਆਦਾ ਰੱਖਦੇ ਸੀ ਕਿ ਫਿਰ ਵੀ ਇਹ ਟਾਈਮ ਕੱਢ ਲੈਂਦੇ ਸੀ ਵਿੱਚੋਂ ਪੜ੍ਹਾਈ ਦਾ ਟਾਈਮ? ਇਹਨਾਂ ਦਾ ਨਹੀਂ ਨਿਕਲਦਾ, ਬੱਚੇ ਆਪ ਹੀ ਪੜ੍ਹਦੇ ਸੀ ਸਕੂਲਾਂ 'ਚ ਜੀ। ਅਤੇ ਅੱਜ ਜਿਹੜਾ ਹੈਗਾ ਇਹ ਇਸ ਮੁਕਾਮ 'ਤੇ ਪਹੁੰਚੇ ਹੈ, ਅਤੇ ਤੁਹਾਨੂੰ ਕਿਵੇਂ ਲੱਗਦਾ, ਕਿਵੇਂ ਮਹਿਸੂਸ ਹੁੰਦਾ? ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਸਭ ਤੋਂ ਵੱਡੇ ਹੋ ਗਏ ਅਤੇ ਨਾਲ ਮੇਰਾ ਵੀ ਮਾਣ ਹੁੰਦਾ ਵੀ। ਬਿਲਕੁਲ, ਕਿ ਲਿਟਰੇਚਰ ਦੇ ਵਿੱਚ ਤੁਸੀਂ ਵਿਸ਼ੇਸ਼ ਸਥਿਤੀਆਂ ਨੂੰ ਲੈ ਕੇ ਜੇ ਤੁਹਾਡੀ ਸੋਚ ਉਹਨਾਂ ਵਿਸ਼ੇਸ਼ ਸਥਿਤੀਆਂ 'ਚੋਂ ਇਨ ਹਿਊਮਨ ਵੈਲਿਊਜ਼ ਆ ਜਿਹੜੀਆਂ ਜੀ ਉਹਨਾਂ ਨੂੰ ਨਹੀਂ ਸਮਝਦੀ ਜੀ, ਜਿਹੜੀਆਂ ਹਿਊਮਨ ਵੈਲਿਊਜ਼ ਹੈ ਉਹਨਾਂ ਦਾ ਉਹਨੂੰ ਪਤਾ ਨਹੀਂ ਹੈ, ਤਾਂ ਉਹ ਤੁਕਬੰਦੀ ਕਰ ਸਕਦਾ, ਲਿਟਰੇਚਰ ਨਹੀਂ ਲਿਖ ਸਕਦਾ। ਲਿਟਰੇਚਰ ਦੇ ਅਰਥ ਹੀ ਇਹ ਹੈ ਕਿ ਤੁਸੀਂ ਉਹ ਗੱਲ ਦੱਸਣੀ ਹੈ ਜਿਹੜੀ ਆਮ ਬੰਦੇ ਨੂੰ ਪਤਾ ਹੀ ਨਹੀਂ, ਉਹ ਭੁਗਤ ਰਿਹਾ ਇਸੇ ਤਰ੍ਹਾਂ, ਦੁੱਖ ਭੁਗਤ ਰਿਹਾ, ਔਖਾ ਹੋ ਰਿਹਾ, ਗਰੀਬ ਹੈ, ਮਾੜਾ ਹੈ, ਲੇਕਿਨ ਇਹ ਸਮਝ ਜਾਂਦਾ ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ। ਬਿਲਕੁਲ। ਅੱਛਾ, ਹੁਣ ਜੇ ਉਹ ਪਰਮਾਤਮਾ ਦੀ ਮਰਜ਼ੀ ਸਮਝੀ ਜਾਊਗਾ ਤਾਂ ਇਹਦਾ ਮਤਲਬ ਇਹ ਹੋਇਆ ਵੀ ਆਪ ਹੱਥ ਪੱਲਾ ਕੋਈ ਨਹੀਂ ਹਿਲਾਉਣਾ, ਪਰਮਾਤਮਾ ਕਰੂਗਾ ਜਿਹੜਾ ਕੁਛ ਕਰੂਗਾ। ਔਰ ਇਸੇ ਗੱਲ ਨੇ ਸਾਡੀ ਕੌਮ ਨੂੰ ਐਸੀ ਬੁਰੀ ਹਾਲਤ ਵਿੱਚ ਪਹੁੰਚਾਇਆ ਕਿ 2 ਸਦੀਆਂ ਤੱਕ 1 ਲੱਖ ਅੰਗਰੇਜ਼ 40 ਕਰੋੜ ਲੋਕਾਂ 'ਤੇ ਰਾਜ ਕਰ ਗਿਆ। ਇਹ ਸਾਡੀ ਸਮਾਜ ਦੀ ਜਿਹੜੀ ਸਥਿਤੀ ਹੈ
ਉਹ ਜਦੋਂ ਮਤਲਬ ਵਿਸ਼ੇਸ਼ ਕਿਸਮ ਦੇ ਮਿਲੇ ਹੋਏ ਦਿਮਾਗ ਨੂੰ ਡਿਸਟਰਬ ਕਰਦੀ ਹੈ ਤਾਂ ਉਹਦੇ ਵਿੱਚੋਂ ਕੁਛ ਨਾ ਕੁਛ ਨਵਾਂ ਨਿਕਲੂਗਾ ਜੀ, ਔਰ ਉਹ ਜਿਹੜਾ ਨਵਾਂ ਹੋਊਗਾ ਉਹ ਲਿਟਰੇਚਰ ਦਾ ਬੈਸਟ ਲਿਟਰੇਚਰ ਦਾ ਹਿੱਸਾ ਬਣੂਗਾ ਜੀ। ਜੇ ਸਿਰਫ ਆਪਦੇ ਨਾਮ ਪਿੱਛੇ ਚਾਰ ਕਵਿਤਾਵਾਂ ਲਿਖ ਕੇ ਇੱਕ ਪ੍ਰੈਸ ਤੋਂ ਛਪਵਾ ਲਈ ਕਿਤਾਬ ਅਤੇ 10-20 ਦੋਸਤ ਇਕੱਠੇ ਕਰਕੇ ਉਹਨਾਂ ਨੂੰ ਚਾਹ ਪਾਣੀ ਪਿਆ ਕੇ ਉਹਦੇ 'ਤੇ ਕੁੰਡ ਚਕਾਈ ਕਰਵਾ ਲਈ, ਹਾਂ ਉਹਦੇ 'ਤੇ ਵਿਮੋਚਨ ਕਰ ਲਿਆ ਜੀ। ਉਹ ਵਿਮੋਚਨ ਕਰਨ ਤੋਂ ਬਾਅਦ ਕੋਈ ਜਰਨਲਿਸਟ ਭਾਲ ਲਿਆ, ਉਹਨੂੰ ਹੱਥ ਨੇ ਹੋਟਲ 'ਚ ਮੁਰਗਾ ਖਵਾਤਾ, ਅਗਲੇ ਦਿਨ ਅਖਬਾਰ 'ਚ ਖਬਰ ਲੱਗ ਗਈ, ਹੋ ਗਏ ਕਵੀ ਬਣ ਗਏ। ਯਾਨੀ ਜਿਹੜੀ ਲਿਟਰੇਚਰ ਦੇ ਜਿਹੜੇ ਅਰਥ ਹੈ ਉਹ ਲਿਟਰੇਚਰ ਦੇ ਅਰਥ ਜੇ ਪੰਜਾਬ 'ਚ ਲੱਭਣੇ ਹੋਣ ਤਾਂ ਗੁਰੂ ਗ੍ਰੰਥ ਸਾਹਿਬ 'ਚ ਲੱਭਣਗੇ। ਅਧਿਆਤਮਵਾਦ ਹੈ, ਵਾਰ ਵਾਰ ਪਰਮਾਤਮਾ ਦਾ, ਕੁਦਰਤ ਦਾ, ਖਸਮ ਦਾ ਇਹੋ ਜਿਹੇ ਨਾਂ ਆਉਂਦੇ ਹੈ, ਪਰ ਜੇ ਤੁਸੀਂ ਡੈਪਥ ਵਿੱਚ ਜਾ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਸ ਨਿਗਰੇ ਹੋਏ ਸਮਾਜ ਨੂੰ ਬਦਲਣ ਵਾਸਤੇ ਇਸ ਲਿਟਰੇਚਰ ਦੀ ਹੀ ਲੋੜ ਸੀ। ਪ੍ਰੋਫੈਸਰ ਗੁਰਦਿਆਲ ਸਿੰਘ ਨੇ ਪੰਜਾਬੀ ਸਾਹਿਤ ਨੂੰ ਅਮੀਰ ਕਰਨ ਹਿੱਤ ਆਪਣੀ ਸਾਰੀ ਸ਼ਕਤੀ ਝੋਂਕ ਦਿੱਤੀ ਅਤੇ ਇੱਕ ਤੋਂ ਵੱਧ ਇੱਕ ਸਾਹਿਤਕ ਕਿਰਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈ, ਜਿੱਥੇ ਉਸ ਦੇ ਲਿਖੇ ਨਾਵਲ ਮੜੀ ਦਾ ਦੀਵਾ 'ਤੇ ਆਧਾਰਿਤ ਫਿਲਮ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤੇ। ਉੱਥੇ ਉਸਦੇ ਇੱਕ ਹੋਰ ਨਾਵਲ ਅੰਨੇ ਘੋੜੇ ਦਾ ਦਾਨ 'ਤੇ ਆਧਾਰਿਤ ਬਣੀ ਫਿਲਮ ਦਾ ਵਰਲਡ ਪ੍ਰੀਮੀਅਰ ਵੈਨਸ ਫਿਲਮ ਫੈਸਟੀਵਲ ਵਿੱਚ, ਏਸ਼ੀਅਨ ਪ੍ਰੀਮੀਅਰ ਬਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਸਾਊਥ ਕੋਰੀਆ, ਅਰਬ ਪ੍ਰੀਮੀਅਰ ਆਬੋਧਾਬੀ ਫਿਲਮ ਫੈਸਟੀਵਲ, ਨੌਰਥ ਅਮੈਰੀਕਨ ਪ੍ਰੀਮੀਅਰ ਸਾਊਥ ਏਸ਼ੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਨਿਊਯਾਰਕ, ਹਾਂਗਕਾਂਗ ਏਸ਼ੀਆ ਫਿਲਮ ਫੈਸਟੀਵਲ, ਪੂਨੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਨ ਹੋਇਆ ਅਤੇ ਇਸ ਫਿਲਮ ਨੇ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ। ਪ੍ਰੋਫੈਸਰ ਗੁਰਦਿਆਲ ਸਿੰਘ ਨੇ ਹੁਣ ਤੱਕ 10 ਨਾਵਲ, 10 ਕਹਾਣੀ ਸੰਗ੍ਰਹਿ, 30 ਅਨੁਵਾਦਿਤ ਪੁਸਤਕਾਂ, 3 ਇਕਾਂਗੀ ਸੰਗ੍ਰਹਿ, 23 ਬਾਲ ਸਾਹਿਤ ਪੁਸਤਕਾਂ ਸਮੇਤ ਕਈ ਵਾਰਤਕ ਲੇਖ ਪੁਸਤਕਾਂ ਜਿਹਾ ਸਾਹਿਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਕੇ ਇਸ ਦੇ ਸਾਹਿਤ ਨੂੰ ਅਮੀਰ ਬਣਾਇਆ ਹੈ। ਸਰਦਾਰ ਗੁਰਦਿਆਲ ਸਿੰਘ ਜੀ ਪੰਜਾਬੀ ਨਾਵਲ ਦਾ ਬਹੁਤ ਵੱਡਾ ਨਾਂ ਨੇ। ਪੰਜਾਬੀ ਨਾਵਲ ਹੀ ਨਹੀਂ, ਮੈਂ ਤਾਂ ਕਹਾਂਗਾ ਕਿ ਹਿੰਦੁਸਤਾਨ ਦੇ ਵਿੱਚ ਵੱਖ ਵੱਖ ਭਾਸ਼ਾਵਾਂ 'ਚ ਜਿਹੜਾ ਵੀ ਨਾਵਲ ਲਿਖਿਆ ਜਾਂਦਾ ਹੈ ਉਹਨਾਂ ਵਿੱਚ ਵੀ ਉਹਨਾਂ ਦਾ ਬੜਾ ਵੱਡਾ ਜ਼ਿਕਰਯੋਗ ਸਥਾਨ ਹੈ। ਔਰ ਜਿਸ ਤਰ੍ਹਾਂ ਸਰਦਾਰ ਨਾਮਾਵਰ ਜੀ ਜਿਹੜੇ ਨੇ ਹਿੰਦੀ ਦੇ ਬਹੁਤ ਵੱਡੇ ਆਲੋਚਕ ਨੇ, ਉਹ ਕਹਿੰਦੇ ਨੇ ਜਦੋਂ ਹਿੰਦੁਸਤਾਨੀ ਨਾਵਲ ਦੇ ਵਿੱਚ ਸੋਕਾ ਪਿਆ ਤਾਂ ਉਹ ਸੋਕਾ ਸਰਦਾਰ ਗੁਰਦਿਆਲ ਸਿੰਘ ਜੀ ਦੇ ਨਾਵਲ ਮੜੀ ਦਾ ਦੀਵਾ ਨੇ ਦੂਰ ਕੀਤਾ। ਔਰ ਮੈਂ ਸਮਝਦਾ ਪੰਜਾਬੀ ਨਾਵਲ ਦੀ ਸ਼ੁਰੂਆਤ ਹੀ ਉਹਨਾਂ ਦੇ ਜਿਹੜਾ ਨਾਵਲ ਹੈ ਮੜੀ ਦਾ ਦੀਵਾ ਨਾਲ ਹੋਈ ਹੈ। ਔਰ ਮੜੀ ਦਾ ਦੀਵਾ ਨਾਵਲ ਇਹੋ ਜਿਹਾ ਜਿਹਨੇ ਪੂਰੇ ਪੰਜਾਬੀਆਂ ਨੂੰ, ਪੰਜਾਬੀ ਪਾਠਕਾਂ ਨੂੰ ਪੰਜਾਬੀ ਨਾਵਲ ਦੇ ਨਾਲ ਜੋੜਿਆ। ਉਸ ਤੋਂ ਬਾਅਦ ਤਾਂ ਗੁਰਦਿਆਲ ਸਿੰਘ ਦੇ ਇੱਕ ਤੋਂ ਇੱਕ ਵੱਧ ਕੇ ਨਾਵਲ ਜਿਹੜੇ ਆਏ ਨੇ ਜਿਨ੍ਹਾਂ ਨੇ ਪੰਜਾਬੀ ਜਨਮਾਨਸ ਦੀ ਪੀੜਾ ਨੂੰ, ਪੰਜਾਬੀ ਊਣਿਆਂ ਦੇ, ਪੰਜਾਬੀ ਵਿਹੂਣਿਆਂ ਦੇ ਔਰ ਗਰੀਬ ਦਲਤ ਲਕਾਈ ਦੀ ਜਿਹੜੀ ਇਹ ਗੱਲ ਉਹਨਾਂ ਦੇ ਨਾਵਲਾਂ ਦੇ ਵਿੱਚ ਹੋਈ ਹੈ। ਪੰਜਾਬੀ ਨਾਵਲ ਦੇ ਵਿੱਚ ਪਹਿਲੀ ਵਾਰ ਜਿਹੜੇ ਆ ਨੀਵੇਂ ਤਬਕੇ ਦੇ ਲੋਕ ਆ ਜਿਹੜੇ ਆ ਉਹ ਗੁਰਦਿਆਲ ਸਿੰਘ ਦੇ ਨਾਵਲਾਂ ਵਿੱਚ ਆਉਣੇ ਸ਼ੁਰੂ ਹੋਏ ਆ। ਔਰ ਪੰਜਾਬੀ ਨਾਵਲ ਜਿਹੜਾ ਹੈ ਉਹ ਜਗੀਰਦਾਰਾਂ ਦੀਆਂ ਜੁੰਡਲੀਆਂ ਦੇ ਵਿੱਚੋਂ ਨਿਕਲ ਕੇ ਪਹਿਲੀ ਵਾਰ ਜਿਹੜਾ ਵਿਹੜਿਆਂ ਦੇ ਵਿੱਚ ਜਿਹੜਾ ਆਇਆ ਵਾ ਉਹ ਗੁਰਦਿਆਲ ਸਿੰਘ ਜੀ ਦੇ ਨਾਵਲਾਂ ਨਾਲ ਆਇਆ। ਪੰਜਾਬੀ ਦਾ ਜਿਹੜਾ ਸਮੁੱਚਾ, ਮੈਂ ਤਾਂ ਇਹ ਕਹਾਂਗਾ ਕਿ ਦਲਿਤ ਵਰਗ ਜਿਹੜਾ ਉਹਦੀ ਜਿਹੜੀ ਪੀੜਾ ਹੈ ਉਹ ਗੁਰਦਿਆਲ ਸਿੰਘ ਦੇ ਨਾਵਲਾਂ ਦੇ ਵਿੱਚੋਂ ਝਲਕਦੀ ਹੈ।
ਇਹ ਇੱਕ ਬੜੀ ਜਿਹੜੀ ਹੈ ਵਿਲੱਖਣ ਗੱਲ ਉਹਨਾਂ ਦੇ ਨਾਵਲਾਂ ਨਾਲ ਸ਼ੁਰੂ ਹੋਈ ਹੈ। ਗੁਰਦਿਆਲ ਸਿੰਘ ਜੀ ਸਾਡੇ ਬੜੇ ਹੀ ਮਾਣਯੋਗ ਹਸਤਾਖਰ ਨੇ ਜਿਨ੍ਹਾਂ ਦੇ ਪੰਜਾਬੀ ਸਾਹਿਤ ਨੂੰ ਹਮੇਸ਼ਾ ਮਾਣ ਰਹੇ। ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਪ੍ਰੋਫੈਸਰ ਗੁਰਦਿਆਲ ਸਿੰਘ ਦੀਆਂ ਕਈ ਕਿਰਤਾਂ 'ਤੇ ਆਧਾਰਿਤ ਟੀਵੀ ਸੀਰੀਅਲ ਤਿਆਰ ਕੀਤੇ ਗਏ, ਜਿਨ੍ਹਾਂ ਵਿੱਚ ਨਾਵਲ ਰੇਤੇ ਦੀ ਇੱਕ ਮੁੱਠੀ ਅਤੇ ਅੱਧ ਚਾਨਣੀ ਰਾਤ 'ਤੇ ਆਧਾਰਿਤ ਟੀਵੀ ਸੀਰੀਅਲ ਵਰਣਨਯੋਗ ਹਨ। ਪ੍ਰੋਫੈਸਰ ਸਾਹਿਬ, ਤੁਸੀਂ ਜਦੋਂ ਲਿਖਣਾ ਸ਼ੁਰੂ ਕੀਤਾ, ਤੁਸੀਂ ਸਭ ਤੋਂ ਜ਼ਿਆਦਾ ਆਪਦੇ ਸਮਕਾਲੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਹਦਾ ਪ੍ਰਭਾਵ ਲਿਆ ਜਾਂ ਕਿਹਨੂੰ ਵੱਧ ਤੁਸੀਂ ਪੜ੍ਹਿਆ ਹੈਗਾ? ਮੇਰੇ ਤੇ ਜਿਹੜੇ ਸਾਡੇ ਸਮਕਾਲੀ ਸੀ ਨਾ ਜੀ, ਉਹਨਾਂ 'ਚੋਂ ਕਿਹਦਾ ਕਿੰਨਾ ਪ੍ਰਭਾਵ ਹੋਇਆ ਇਹ ਕੈਲਕੂਲੇਟ ਕਰਨਾ ਬੜਾ ਔਖਾ ਹੈ ਜੀ। ਲੇਕਿਨ ਇੰਨਾ ਜ਼ਰੂਰ ਹੈ ਕਿ ਮੇਰੇ ਮਨਪਸੰਦ ਜਿਹੜੇ ਲੇਖਕ ਸੀ, ਚਾਹੇ ਨਾਨਕ ਸਿੰਘ ਦੇ ਨਾਵਲ ਸੀ, ਸਾਰੇ ਨੇ ਕੁਛ ਨਾ, ਨਰੂਲੇ ਦੇ ਇੱਕ ਦੋ ਨਾਵਲ ਸੀ ਜੀ, ਕਹਾਣੀਕਾਰ ਸੁਜਾਨ ਸਿੰਘ, ਕੁਲਵੰਤ ਸਿੰਘ ਵਿਰਕ ਅਤੇ ਪ੍ਰੋਜ਼ ਦੇ ਵਿੱਚ ਗੁਰਬਖਸ਼ ਸਿੰਘ, ਪ੍ਰੀਤਲੜੀ, ਯਾਨੀ ਜਿਹੜੇ ਉਸ ਸਮੇਂ ਦੇ ਪ੍ਰਸਿੱਧ ਲੇਖਕ ਸੀ, ਚਾਹੇ ਕਵੀ ਸੀ ਚਾਹੇ ਨਾਟਕਕਾਰ ਚਾਹੇ ਕੋਈ ਹੋਰ, ਉਹਨਾਂ ਦੇ ਪੜ੍ਹਨ ਤੋਂ ਬਾਅਦ ਕੁਛ ਗੱਲਾਂ ਉਹਨਾਂ ਦੀਆਂ ਠੀਕ ਲੱਗਦੀਆਂ ਸੀ, ਕੁਛ ਨਹੀਂ ਸੀ ਲੱਗਦੀਆਂ, ਜਿਹੜੀਆਂ ਨਹੀਂ ਸੀ ਲੱਗਦੀਆਂ ਉਹਨਾਂ ਨੂੰ ਭੁੱਲ ਜਾਂਦਾ, ਜਿਹੜੀਆਂ ਠੀਕ ਲੱਗਦੀਆਂ ਉਹ ਮੇਰੇ ਦਿਮਾਗ 'ਚ ਹੁਣ ਮੇਰੀ 80+ ਹੋ ਗਈ ਜੀ, ਅਤੇ ਤੁਸੀਂ ਸਮਝ ਲਓ ਵੀ ਘੱਟੋ ਘੱਟ ਅੱਧੀ ਸਦੀ ਦਾ ਬੀਤੀ ਗਈ। ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨਾ ਉਹਨਾਂ ਲੇਖਕਾਂ ਦੀਆਂ ਅੱਜ ਤੱਕ ਹੋਈਆਂ, ਲਿਟਰੇਚਰ ਜਿੰਨਾ ਵੀ ਸੀ ਜਿੰਨਾ ਕੁ ਮੌਕਾ ਲੱਗਿਆ ਮੈਂ ਪੜ੍ਹਿਆ, ਲੇਕਿਨ ਜਿਹੜਾ ਲਿਟਰੇਰੀ ਪ੍ਰਭਾਵ ਹੈ ਨਾ ਉਹ ਤਕਰੀਬਨ ਮੈਕਸੀਮਮ ਮੇਰੇ ਮਨ ਦੇ ਉੱਤੇ ਫੋਰਨ ਔਥਰ ਦਾ ਹੈ। ਠੀਕ ਹੈ, ਫੋਰਨ ਔਥਰ ਦੇ ਵਿੱਚੋਂ ਵੀ ਰਸ਼ੀਅਨ ਦਾ ਜੀ, ਕਈ ਲੋਕਾਂ ਨੂੰ ਤਾਂ ਰਸ਼ੀਅਨ ਨਾਚ ਇਸ ਕਰਕੇ ਪਸੰਦ ਹੈ ਨਾ ਕਿ ਉਹ ਸੋਸ਼ਲਿਸਟ ਆ ਜੀ, ਲੇਕਿਨ ਮੈਂ ਉਹਨਾਂ ਦੇ ਉਹ ਲੇਖਕ ਵੀ ਪੜ੍ਹੇ ਹੈ ਜਿਹਨਾਂ ਦਾ ਸੋਸ਼ਲਿਜ਼ਮ ਨਾਲ ਕੋਈ ਤਾਲਕ ਨਹੀਂ, ਦੋਸਤੋਵਸਕੀ ਹੈ, ਉਹਨਾਂ ਉਸ ਦੀਆਂ ਕਿਤਾਬਾਂ ਇਹਨਾਂ ਸੋਸ਼ਲਿਸਟਾਂ ਨੇ 25-30 ਸਾਲ ਛਪਣ ਨਹੀਂ ਸੀ ਦਿੱਤੀਆਂ, ਮਗਰ ਜਦੋਂ ਛਪ ਗਈਆਂ ਉਹ ਵਰਲਡ ਦਾ ਬੈਸਟ ਰਾਈਟਰ ਬਣ ਗਿਆ। ਉਦੋਂ ਫਿਰ ਇਹਨਾਂ ਨੇ ਪੰਜਾਬੀ 'ਚ, ਅੰਗਰੇਜ਼ੀ, ਹਿੰਦੀ 'ਚ ਛਾਪਣੀਆਂ ਸ਼ੁਰੂ ਕੀਤੀਆਂ, ਉਹ ਜਦੋਂ ਪੜ੍ਹੀਆਂ ਹੈਰਾਨ ਹੋ ਗਏ ਵੀ ਇਸ ਤਰ੍ਹਾਂ ਦੀ ਕਿਸੇ ਸਥਿਤੀ ਨੂੰ ਐਂ ਵੀ ਬਿਆਨ ਕੀਤਾ ਜਾ ਸਕਦਾ। ਔਰ ਜਿਵੇਂ ਇਹ ਜਿੰਨੇ ਮਸ ਚੈਖਵ ਹੈ ਜਿਹੜਾ ਉਹਨੇ 400 ਕਹਾਣੀ ਲਿਖੀ ਹੈ, 44 ਸਾਲ ਦੀ ਉਮਰ 'ਚ ਮਰ ਗਿਆ, ਡਾਕਟਰ ਸੀ ਟ੍ਰੇਨਡ, ਡਾਕਟਰੀ ਨਹੀਂ ਕੀਤੀ, ਸਿੱਧਾ ਕਹਾਣੀਆਂ ਲਿਖਣ ਲੱਗ ਗਿਆ। ਪੜ੍ਹਨ ਤੋਂ ਬਾਅਦ ਕਿਸੇ ਦਾ ਥੋੜ੍ਹਾ ਕਿਸੇ ਦਾ ਬਹੁਤਾ ਪ੍ਰਭਾਵ ਰਿਹਾ, ਲੇਕਿਨ ਨਕਲ ਕਿਸੇ ਨਹੀਂ, ਕਿਉਂਕਿ ਮੈਨੂੰ ਸ਼ੁਰੂ ਤੋਂ ਪਤਾ ਸੀ ਕਿ ਨਕਲ ਕਿਸੇ ਵੀ ਲੇਖਕ ਦੀ ਕੋਈ ਵੀ ਲੇਖਕ ਨਹੀਂ ਕਰ ਸਕਦਾ, ਹਰੇਕ ਦੀ ਸਾਇਕੀ ਵੱਖਰੀ ਹੋਊਗੀ, ਭਾਸ਼ਾ ਵੱਖਰੀ ਹੋਊਗੀ, ਉਹਦੀਆਂ ਜਿਹੜੀਆਂ ਘਟਨਾਵਾਂ ਹੈ ਜਾਂ ਛੋਟੇ ਛੋਟੇ ਵਾਪਰੀਆਂ ਹੋਈਆਂ ਜੀ,
ਉਹਦੀ ਨਕਲ ਨਹੀਂ ਕੀਤੀ ਜਾ ਸਕਦੀ। ਉਸ ਦੇ ਪ੍ਰਭਾਵ ਨੂੰ ਲੈ ਕੇ ਤੁਸੀਂ ਆਪਣੀ ਰਚਨਾ ਨੂੰ ਕਿਸੇ ਹੱਦ ਤੱਕ ਸੋਚ ਸਕਦੇ ਹੋ, ਲੇਕਿਨ ਉਹਦੀ ਨਕਲ ਨਹੀਂ ਕਰ ਸਕਦੇ। ਪ੍ਰੋਫੈਸਰ ਗੁਰਦਿਆਲ ਸਿੰਘ ਦੀ ਪ੍ਰਤਿਭਾ ਨੂੰ ਭਾਂਪਦੇ ਹੋਏ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਹੋਰ ਅਕਾਦਮਿਕ ਅਦਾਰਿਆਂ ਨੇ ਉਸ ਦੇ ਮਾਣ ਹਿੱਤ ਉਸ ਨੂੰ ਫੈਲੋਸ਼ਿਪ ਅਤੇ ਆਪਣੀ ਕਾਰਜਕਾਰਨੀ ਤੇ ਸਲਾਹਕਾਰ ਕਮੇਟੀਆਂ ਦਾ ਮੈਂਬਰ ਸਮੇਂ ਸਮੇਂ ਤੇ ਬਣਾਇਆ ਹੈ, ਜਿਸ ਵਿੱਚ 1971 ਵਿੱਚ ਮੈਂਬਰ ਸਿਲੇਬਸ ਕਮੇਟੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ, 1996 ਵਿੱਚ ਮੈਂਬਰ ਦੂਰਦਰਸ਼ਨ ਕੇਂਦਰ ਸਲਾਹਕਾਰ ਕਮੇਟੀ, 1996 ਵਿੱਚ ਚੇਅਰਮੈਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੇਸ਼ਕਸ਼ ਹੋਈ ਪਰ ਸਿਹਤ ਖਰਾਬ ਹੋਣ ਕਾਰਨ ਅਸਵੀਕਾਰ ਕਰ ਦਿੱਤੀ। 2001 ਵਿੱਚ ਵਿਜ਼ਿਟਿੰਗ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਜੋਂ ਨਿਯੁਕਤੀ ਹੋਈ। 2002 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋਫੈਸਰ ਆਫ ਐਮੀਨੈਂਸ ਵਜੋਂ ਨਿਯੁਕਤ ਕੀਤਾ ਗਿਆ। 2005 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲਾਈਫ ਮੈਂਬਰਸ਼ਿਪ ਦਿੱਤੀ ਗਈ। 2006 ਵਿੱਚ ਸੈਨੇਟ ਮੈਂਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ, 2006 ਵਿੱਚ ਹੀ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ, 2006 ਵਿੱਚ ਹੀ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਸ਼ਿਮਲਾ ਵੱਲੋਂ ਨੈਸ਼ਨਲ ਫੈਲੋਸ਼ਿਪ, 2009 ਵਿੱਚ ਡੀਲਿਟ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ, 2012 ਵਿੱਚ ਸੈਨੇਟ ਮੈਂਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ 2014 ਵਿੱਚ ਡੀਲਿਟ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਦਾਨ ਕੀਤੀ ਗਈ। ਗੁਰਦਿਆਲ ਜੀ, ਇੱਕ ਗੱਲ ਕਿ ਤੁਸੀਂ ਪੰਜਾਬੀ ਸਾਹਿਤ ਨੂੰ ਕਿੱਥੇ ਰੱਖ ਕੇ ਦੇਖਦੇ ਹੋ? ਮਤਲਬ ਜਿਵੇਂ ਬੰਗਾਲੀ ਸਾਹਿਤ ਦੀ ਗੱਲ ਹੈਗੀ ਹੈ ਜਾਂ ਤਾਮਿਲ ਦੀ ਗੱਲ ਹੈਗੀ ਹੈ ਜਾਂ ਅੰਗਰੇਜ਼ੀ ਸਾਹਿਤ ਦੀ ਗੱਲ ਹੈਗੀ ਹੈ, ਪੰਜਾਬੀ ਦੇ ਵਿੱਚ ਉਹ ਗੱਲ ਨਹੀਂ ਹੋਈ ਜਿਵੇਂ ਗਿਆਨਪੀਠ ਪੁਰਸਕਾਰ ਦੀ ਗੱਲ ਹੈਗੀ ਹੈ? ਮੈਨੂੰ ਲੱਗਦਾ ਸ਼ਾਇਦ ਪੰਜਾਬੀ ਦੇ ਵਿੱਚ ਦੋ ਲੇਖਕਾਂ ਨੂੰ ਅੰਮ੍ਰਿਤਾ ਪ੍ਰੀਤਮ ਤੇ ਤੁਹਾਨੂੰ ਮਿਲਿਆ ਹੋਇਆ। ਕੀ ਗੱਲ ਹੈ ਕਿ ਹੋਰ ਜਿਹੜੀਆਂ ਲੈਂਗੁਏਜ ਹੈਗੀਆਂ ਉਹਨਾਂ ਦੇ ਵਿੱਚ ਜ਼ਿਆਦਾ ਮਿਲੇ ਹੋਏ? ਇਹਦਾ ਸਿੰਪਲ ਇਹ ਹੈ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਪੰਜਾਬ ਦੇ ਇਹੋ ਜਿਹੀਆਂ ਸਥਿਤੀਆਂ 'ਚ ਰਿਹਾ ਗੁਰੂ ਗੋਬਿੰਦ ਸਿੰਘ ਤੱਕ ਕਿ ਉਹ ਸਥਿਤੀਆਂ ਹੀ ਉਹਦੇ ਨਿਗਾਰ ਦਾ ਕਾਰਨ ਬਣੇ। ਕਲਚਰ, ਨੈਤਿਕਤਾ, ਯੋਧਾਪਣ, ਉਹ ਸਾਰੇ ਇਸ ਕਰਕੇ ਡਿਵੈਲਪ ਨਹੀਂ ਹੋਏ ਕਿ ਇਨਵੇਡਰਸ ਨੇ ਕਦੇ ਪੰਜਾਬੀਆਂ ਨੂੰ ਟਿਕਣੇ ਨਹੀਂ ਦਿੱਤਾ, ਇੱਕ ਗੱਲ। ਦੂਜੀ ਗੱਲ ਕਿ ਪੰਜਾਬੀਆਂ ਨੇ ਕਿੱਸਿਆਂ ਨੂੰ ਤਾਂ ਅਪਣਾ ਲਿਆ, ਹੀਰ ਰਾਂਝੇ ਦੇ ਕਿੱਸੇ ਕਿੰਨਾ ਹੋਇਆ, ਸੱਸੀ ਪੰਨੂ, ਉਹ ਸਾਰੇ ਅੱਛਾ, ਧਰਮ ਨੂੰ ਵੀ ਅਪਣਾ ਲਿਆ। ਲੇਕਿਨ ਧਰਮ ਦੇ ਵਿੱਚ ਜਿਹੜੀ ਗੱਲ ਪਈ ਹੈ, ਇੰਟਰਨਲ ਜਿਹੜੀ ਉਹਦੀ ਕੋਰ ਆਫ ਸੈਂਸ ਹੈ, ਉੱਥੋਂ ਤੱਕ ਨਹੀਂ ਪਹੁੰਚਿਆ ਗਿਆ। ਉੱਥੋਂ ਤੱਕ ਨਾ ਪਹੁੰਚਣ ਕਰਕੇ ਹੀ ਅਸੀਂ ਪਛੜੇ ਰਹੇ। ਅੰਗਰੇਜ਼ ਆ ਗਏ, ਅੰਗਰੇਜ਼ਾਂ ਨੂੰ ਲੋੜ ਸੀ ਆਪਦੇ ਸੁਆਗਤ, ਉਹਨਾਂ ਨੇ ਆ ਕੇ ਵਿੱਦਿਆ ਸ਼ੁਰੂ ਕੀਤੀ, ਸਕੂਲ, ਕਾਲਜ, ਯੂਨੀਵਰਸਿਟੀਆਂ। ਅੰਗਰੇਜ਼ਾਂ ਤੋਂ ਪਹਿਲਾਂ ਕੌਣ ਜਾਣਦਾ ਸੀ ਕਿ ਯੂਨੀਵਰਸਿਟੀ ਵੀ ਕੋਈ ਹੁੰਦੀ ਹੈ, ਕਾਲਜ ਕੀ ਹੁੰਦਾ। ਸਕੂਲ ਸੀ ਜ਼ਿਆਦਾ ਮੁਸਲਮਾਨਾਂ ਦੇ ਮਦਰੱਸੇ,
ਜਾਂ ਸਿੱਖਾਂ ਦੇ ਗੁਰਦੁਆਰੇ ਭਾਈ ਜੀ ਕੂੜਾੜਾ ਸਿਖਾਉਂਦਾ ਜੀ। ਇਹ ਸੰਸਥਾਵਾਂ ਬੜੀਆਂ ਨੈਗਲੀਜੀਬਲ ਸੀ, ਕੋਈ ਗਿਆਨ ਨਹੀਂ ਸੀ ਪੈਦਾ ਕਰਦੀਆਂ ਜੀ। ਸਿਰਫ ਗੁਰਦੁਆਰੇ ਵਿੱਚ ਜਾਂ ਡੇਰੇ 'ਚ ਜਾ ਕੇ ਬੱਚਾ ਰੇਤੇ ਦੇ ਉੱਤੇ ਉੜਾੜਾ ਪਾ ਕੇ ਤਾਂ ਲਿਖਣ ਲੱਗ ਜਾਂਦਾ ਸੀ, ਲੇਕਿਨ ਗਿਆਨ ਨਹੀਂ ਸੀ ਉਹਨੂੰ ਮਿਲਦਾ ਲਾਈਫ ਦਾ। ਇਹਨਾਂ ਨੇ ਆਉਣ ਸਾਰ ਸਬਜੈਕਟ ਬਦਲਤੇ ਸਾਰੇ, ਹਿਸਟਰੀ, ਪੋਲੀਟਿਕਸ, ਮੈਥੇਮੈਟਿਕਸ, ਜੋਗ੍ਰਾਫੀ, ਸਾਇੰਸਿਸ, ਜਿਹੜੀਆਂ ਉੱਥੋਂ ਚੱਲੀਆਂ ਆ ਰਹੀਆਂ ਸੀ ਉਹ ਸਾਰੇ ਸਬਜੈਕਟ ਆ ਜਿਹੜੇ ਇੱਥੇ ਥੱਲੇ ਤੋਂ ਲੈ ਕੇ ਉੱਤੋਂ ਤੱਕ ਲੈ ਗਏ। ਔਰ ਜਿੱਥੇ ਜਿੱਥੇ ਇਹ ਪ੍ਰੋਸੈਸ ਸ਼ੁਰੂ ਹੋਇਆ ਉਹ ਵਰਗ ਸੀ ਜਿਹੜੇ ਉਹ ਕੌਮਾਂ ਦੇ ਜੋ ਹਿੱਸੇ ਸੀ ਜਿਹੜੇ ਉਹ ਅੱਗੇ ਲੰਘ ਗਏ। ਫਾਰ ਐਗਜ਼ਾਮਪਲ ਬੰਗਾਲੀ, ਸੈਕਿੰਡਲੀ ਮਲਿਆਲਮ, ਕੇਰਲਾ, ਥਰਡਲੀ ਬੰਬੇ ਦੇ ਏਰੀਏ ਦੇ ਜਿੱਥੇ ਆ ਕੇ ਜਹਾਜ਼ ਲਾਉਂਦੇ ਸੀ, ਇੱਥੋਂ ਕੱਚਾ ਸਮਾਨ ਲਿਜਾਂਦੇ ਸੀ ਅਤੇ ਮਸ਼ੀਨਾਂ ਬਣਾ ਕੇ ਇੱਥੇ ਦਿੰਦੇ ਸੀ। ਜਿੱਥੇ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਰਚਨਾ ਸੰਸਾਰ ਦੀ ਗੁਣਵੰਤਾ ਉੱਚ ਕੋਟੀ ਦੀ ਹੈ, ਉੱਥੇ ਉਸ ਨੂੰ ਮਿਲਣ ਵਾਲੇ ਨਾਮਾਂ ਸਨਮਾਨਾਂ ਦੀ ਵੀ ਇੱਕ ਲੰਬੀ ਲਿਸਟ ਹੈ, ਜਿਸ ਵਿੱਚ 1966 ਵਿੱਚ ਮੜੀ ਦਾ ਦੀਵਾ ਨੂੰ ਭਾਸ਼ਾ ਵਿਭਾਗ ਵੱਲੋਂ ਸਰਵ ਉੱਤਮ ਪੁਸਤਕ ਪੁਰਸਕਾਰ ਦਿੱਤਾ ਗਿਆ, 1967 ਵਿੱਚ ਕਹਾਣੀ ਸੰਗ੍ਰਹਿ ਓਪਰਾ ਘਰ ਨੂੰ ਭਾਸ਼ਾ ਵਿਭਾਗ ਵੱਲੋਂ ਸਰਵਉੱਚ ਪੁਸਤਕ ਪੁਰਸਕਾਰ ਦਿੱਤਾ ਗਿਆ, 1968 ਵਿੱਚ ਨਾਵਲ ਅਨਹੋਏ ਨੂੰ ਭਾਸ਼ਾ ਵਿਭਾਗ ਵੱਲੋਂ ਸਰਵ ਉੱਤਮ ਪੁਸਤਕ ਵਜੋਂ ਸਨਮਾਨਿਆ, 1975 ਵਿੱਚ ਅੱਧ ਚਾਨਣੀ ਰਾਤ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, 1975 ਵਿੱਚ ਹੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਨਾਨਕ ਸਿੰਘ ਨਾਵਲਿਸਟ ਪੁਰਸਕਾਰ ਦਿੱਤਾ ਗਿਆ, 1979 ਵਿੱਚ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ, 1986 ਵਿੱਚ ਸੋਵੀਅਤ ਲੈਂਡ ਨਹਿਰੂ ਅਵਾਰਡ ਨਾਲ ਸਨਮਾਨ ਹੋਇਆ, 1991 ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਅਵਾਰਡ ਦਿੱਤਾ ਗਿਆ, 1991 ਵਿੱਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ ਦਿੱਤਾ ਗਿਆ, 1992 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਦਿੱਤਾ ਗਿਆ, 1995 ਵਿੱਚ ਪਾਸ਼ ਮੈਮੋਰੀਅਲ ਪੁਰਸਕਾਰ, 1998 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਸਨਮਾਨ ਪ੍ਰਦਾਨ ਕੀਤਾ ਗਿਆ, 1999 ਵਿੱਚ ਰਵੀ ਮੈਮੋਰੀਅਲ ਅਵਾਰਡ, 2000 ਵਿੱਚ ਭਾਰਤ ਦੇ ਸਰਵ ਉੱਚ ਸਾਹਿਤਕ ਸਨਮਾਨ ਗਿਆਨਪੀਠ ਨਾਲ ਸਨਮਾਨਿਤ ਕੀਤਾ ਗਿਆ, 2003 ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਰਵਸ਼੍ਰੇਸ਼ਠ ਪੁਰਸਕਾਰ, 2014 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਗੁਰਦਿਆਲ ਸਿੰਘ ਨੂੰ ਨਵਾਜਿਆ ਗਿਆ ਹੈ। ਗੁਰਦਿਆਲ ਜੀ, ਤੁਹਾਡੇ ਨਾਵਲ ਹੈ ਮੜੀ ਦਾ ਦੀਵਾ ਅਤੇ ਅੰਨੇ ਘੋੜੇ ਦਾ ਦਾਨ, ਬਹੁਤ ਹੀ ਨਿੱਠ ਕੇ ਪੜੇ ਗਏ ਆ, ਪਰ ਜਦੋਂ ਇਹਨਾਂ 'ਤੇ ਫਿਲਮਾਂ ਬਣੀਆਂ ਉਹ ਰਿਸਪੋਂਸ ਉਹਨਾਂ ਫਿਲਮਾਂ ਨੂੰ ਨਹੀਂ ਮਿਲਿਆ ਜੋ ਤੁਹਾਡੇ ਮੂਲ ਜਿਹੜੇ ਨਾਵਲ ਹੈ ਉਹਨਾਂ ਨੂੰ ਮਿਲਿਆ, ਇਸ ਪਿੱਛੇ ਕੀ ਕਾਰਨ? ਉਹ ਬੜੀ ਸਿੰਪਲ ਜੀ ਗੱਲ ਹੈ ਕਿ ਪੰਜਾਬੀ ਫਿਲਮਾਂ ਹੁਣ ਵੀ ਜੀ ਜਿਹੜੀਆਂ ਬਣਦੀਆਂ ਰਹੀਆਂ ਉਹ ਦੇਖਣ ਦੀ ਲੋਕਾਂ ਨੂੰ ਆਦਤ ਪੈ ਗਈ। ਉਹਦੇ ਵਿੱਚ ਹੁੰਦਾ ਕੀ ਹੈ ਕਿ ਜੇ ਜੱਟਾਂ ਦੀ ਗੱਲ ਕਰਨੀ ਹੈ ਤਾਂ ਦਾਰੂ ਪੀਆ ਕੇ ਲਲਕਾਰੇ ਮਾਰਨੇ, ਉਹਨਾਂ ਨੇ ਡਾਂਗੋ ਸੋਟੀ ਹੋਣਾ, ਰਫਰਾਂ ਚੱਕ ਲਿਆਉਣੀਆਂ, ਦੁਸ਼ਮਣੀਆਂ ਕੱਢਣ ਲੱਗ ਜਾਣੀਆਂ। ਜਿਹੜੀਆਂ ਸਾਰੀਆਂ ਘਟਨਾਵਾਂ ਸਮਾਜ 'ਚ, ਪੰਜਾਬੀ ਸਮਾਜ 'ਚ ਵਾਪਰਦੀਆਂ ਉਹਨਾਂ ਨੂੰ ਉਹ ਬੜੇ ਕਰੂਰ ਢੰਗ ਨਾਲ ਪੇਸ਼ ਕਰਦੇ ਸੀ।
ਪੁਰਾਣੀਆਂ ਇੱਕ ਦੋ ਫਿਲਮਾਂ ਮੈਨੂੰ ਯਾਦ ਹੈ ਸ਼ਾਇਦ ਕਿਹੜੀਆਂ ਸੀਗੀਆਂ, ਜਿਹਦੇ 'ਚ ਇੱਕ ਓਮਪੁਰੀ ਵੀ ਕੰਮ ਕਰਦਾ ਹੈ, ਉਹ ਚੰਗੀ ਸੀ ਫਿਲਮ। ਲੇਕਿਨ ਹੌਲੀ 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 ਪੰਜਾਬੀਆਂ ਕੋਲ ਨਾ ਤਾਂ ਇੰਨਾ ਪੈਸਾ ਵੀ ਉਹ ਫਿਲਮ ਦੇ ਉੱਤੇ ਐਕਸਪੈਰੀਮੈਂਟ ਕਰਕੇ ਖਰਚ ਕਰ ਸਕਣ, ਨਾ ਹੀ ਉਹ ਜਿਹੀਆਂ ਫਿਲਮਾਂ ਸਿਨੇਮਾ ਵਾਲੇ ਲੈਂਦੇ ਆ, ਕਿਉਂਕਿ ਸਿਨੇਮਾ ਵਾਲਿਆਂ ਨੂੰ ਤਾਂ ਗਾਹਕ ਚਾਹੀਦੇ ਆ, ਜਿੰਨੇ ਵੱਧ ਪੈਸੇ ਹੋਣਗੇ ਉਹਨਾਂ ਠੀਕ ਹੈ, ਉਹੀ ਜਿਹੀ ਫਿਲਮ ਬਣਾਓ ਚੱਲੀ ਹੋਈ। ਲੇਕਿਨ ਇਸ ਇਹਨਾਂ ਦੋਵੇਂ ਫਿਲਮਾਂ ਦੇ ਵਿੱਚ ਕੋਈ ਵਿਸ਼ੇਸ਼ ਗੱਲ ਕਹਿਣ ਦਾ ਯਤਨ ਕੀਤਾ ਗਿਆ। ਅੱਛਾ, ਉਹ ਜਿਸ ਤਰ੍ਹਾਂ ਡਾਇਰੈਕਟਰਾਂ ਨੇ ਉਹਨੂੰ ਫਿਲਮਾਇਆ, ਸਾਰਾ ਜਿਵੇਂ ਪੇਸ਼ ਕੀਤਾ, ਉਹ ਉਹਦੀ ਆਦਤ ਨਹੀਂ ਸੀ ਸਾਡੇ ਲੋਕਾਂ ਨੂੰ ਉਹ ਜਿਹੀਆਂ ਫਿਲਮਾਂ ਦੇਖਣ ਦੀ, ਕਿਉਂਕਿ ਉਹਨਾਂ ਨੇ ਆਪਦੇ ਨਜ਼ਰੀਏ ਨਾਲ ਕੁਛ ਨਹੀਂ ਦੇਖਣਾ ਜੀ। ਆਲੇ ਦੁਆਲੇ ਜੋ ਕੁਛ ਵਾਪਰ ਰਿਹਾ ਹੈ, ਚੰਗਾ ਮੰਦਾ ਮਾੜੇ ਕਹਿੰਦੇ, ਉਹ ਦੇਖਣ ਦੀ ਆਦਤ ਹੈ, ਤਾਂ ਉਹ ਜਿਹੀਆਂ ਫਿਲਮਾਂ ਚੱਲਦੀਆਂ ਰਹੀਆਂ। ਜਦੋਂ ਉਹ ਫਿਲਮਾਂ ਫੈਡ ਅਪ ਹੋ ਗਏ ਲੋਕ, ਉਦੋਂ 5-7 ਸਾਲ ਪਹਿਲਾਂ ਇੱਕ ਨਵਾਂ ਟਰੈਂਡ ਚੱਲਿਆ ਕਿ 5-4 ਸੀਨ ਕੈਨੇਡਾ ਦੇ, 2-3 ਸੀਨ ਪੰਜਾਬ ਦੇ, ਕੁੜੀ ਉੱਥੋਂ ਦੀ, ਮੁੰਡਾ ਇੱਥੋਂ ਦਾ, ਉਹਨਾਂ ਦਾ ਉਹਨਾਂ ਦਾ। ਅੱਛਾ, ਉਹ ਵੀ ਚੱਲ ਗਈਆਂ, ਕਿਉਂਕਿ ਉਹਦੇ 'ਚ ਕੈਨੇਡਾ ਦੇ ਵਿੱਚ ਜਿਹੜੇ ਇੰਡੀਅਨ ਸੀਗੇ ਉਹ ਤੀਵੀਆਂ ਉਹਨਾਂ ਦੀਆਂ ਚੰਗੀਆਂ ਸੋਹਣੀਆਂ ਸੀ, ਨੱਚਦੀਆਂ ਨੱਚਦੀਆਂ ਦੇਖ ਲੈਂਦੇ ਲੋਕ। ਅੱਛਾ, ਫਿਰ ਇਹੋ ਜਿਹੀਆਂ ਵਾਹੀਆਂ ਰਿਜ਼ਲਟ, ਇੱਕ ਫਿਲਮ ਨੂੰ ਨਾਂ ਨਹੀਂ ਮੈਨੂੰ ਯਾਦ, ਉਹ ਮੁੰਡਾ ਕੈਨੇਡਾ ਜਾਂਦਾ, ਇੱਕ ਕੁੜੀ ਨਾਲ ਉਹਦੀ ਗੱਲਬਾਤ ਚੱਲਦੀ ਹੈ, ਉਹ ਕੁੜੀ ਹਾਂ ਕਰ ਦਿੰਦੀ ਹੈ, ਅਤੇ ਉਹ ਕਹਿੰਦਾ ਵੀ ਗੱਲ ਇਹ ਹੈ ਤੂੰ ਹਾਂ ਤਾਂ ਕਰਤੀ, ਮੈਂ ਤਾਂ ਪਿੰਡ ਜਾਊਂਗਾ, ਇੱਥੇ ਨਹੀਂ ਮੈਂ ਰਹਿੰਦਾ। ਉਹ ਕਹਿੰਦੀ ਫਿਰ ਮੈਂ ਪਿੰਡ ਜਾ ਕੇ ਕੀ ਕਰਨਾ, ਤੂੰ ਇੱਥੇ ਰਹਿਣਾ ਤਾਂ ਰਹਿ ਨਹੀਂ ਜਾ। ਚਲੋ, ਉਹ ਮੁੰਡਾ ਜੀ ਰੁੱਸ ਕੇ ਉਹਦੇ ਨਾਲ ਆ ਜਾਂਦਾ, ਲੇਕਿਨ ਜਦੋਂ ਘਰ ਆਉਂਦਾ ਹੈ ਉਹ ਕੁੜੀ ਉਹਨਾਂ ਦੇ ਬਾਅਦ 'ਚ ਖੜ੍ਹੀ ਹੈ, ਕਹਿੰਦੇ ਤੂੰ ਪਹਿਲੀ ਫਲਾਈਟ 'ਤੇ ਆ ਗਈ, ਆ ਕੇ ਬਾਹਰ ਅੱਗੇ ਖੜ੍ਹੀ ਆ, ਉਹਦੇ ਘਰ ਵਾਲੀਆਂ ਔਰਤਾਂ ਆਸੇ ਪਾਸੇ ਖੜ੍ਹੀਆਂ। ਅੱਛਾ, ਹੁਣ ਇਹ ਜੀ ਕਰੂਡ ਸਥਿਤੀ ਹੈ ਜਿਹੜੀ, ਜਾਂ ਕਹਿ ਲਓ ਉਹ ਭਾਵਕ, ਉਸ ਨੂੰ ਉਹ ਲੋਕਾਂ ਨੂੰ ਇੱਕਦਮ ਕੈਚਿੰਗ ਹੋ ਜਾਂਦੀ ਉਹਨਾਂ ਨਾਲ ਜੀ, ਨਹੀਂ ਯਾਰ ਕਿਆ ਬਾਤ ਹੈ, ਕੁੜੀ ਆ ਗਈ ਉੱਥੋਂ। ਇਹ ਨਹੀਂ ਉਹਨਾਂ ਨੇ ਦੇਖਣਾ ਕਿ ਕੁੜੀ ਆ ਕਿਵੇਂ ਗਈ, ਕਿਉਂ ਆ ਗਈ ਉੱਥੇ, ਤਾਂ ਉਹਨੂੰ ਕਹਿੰਦੀ ਵੀ ਇੱਥੇ ਰਹੇਗਾ ਤਾਂ ਮੈਂ ਰਹੂੰਗਾ, ਵਿਆਹ ਕਰਾਊਂਗੀ ਨਹੀਂ, ਮੈਂ ਨਹੀਂ ਉੱਥੇ ਜਾਂਦੀ। ਅਤੇ ਉਹ ਜੇ ਘਰ ਆਉਂਦਾ ਹੈ, ਘਰ ਆਉਣ ਤੋਂ ਪਹਿਲਾਂ ਖੜ੍ਹੀ ਹੈ ਉੱਥੇ, ਜਿਹਨੇ ਰਿਐਲਿਟੀ ਹੈ ਨਾ ਜਿਹੜੀ ਲਾਈਫ ਦੀ, ਉਸ ਰਿਐਲਿਟੀ ਨੂੰ ਕਿਸੇ ਇੰਟੈਂਸ ਫਾਰਮ ਦੇ ਵਿੱਚ ਆਰਟਿਸਟਿਕਲੀ ਦੇਖਣ ਦੀ ਪੰਜਾਬੀਆਂ ਨੂੰ ਆਦਤ ਹੀ ਨਹੀਂ। ਇਸ ਆਦਤ ਨੂੰ ਪਾਉਣ ਵਾਸਤੇ ਕੁਛ ਹੋਰ ਫਿਲਮਾਂ ਬਣਾਉਣੀਆਂ ਪੈਣਗੀਆਂ, ਜਿਹੜੇ ਨਾ ਉਹ ਮੜੀ ਦੇ ਦੀਵੇ ਜਾਂ ਅੰਨੇ ਘੋੜੇ ਦੇ ਦਾਨ ਵਰਗੀਆਂ ਹੋਣਗੀਆਂ, ਨਾ ਉਹ ਪਿਛਲੀਆਂ ਕਰੂਡ ਕਿਸਮ ਦੀਆਂ ਫਿਲਮਾਂ ਵਰਗੀਆਂ ਹੋਣਗੀਆਂ। ਉਹ ਡਾਇਰੈਕਟਰ ਕੋਈ ਸਿਆਣਾ ਜਿਹੜਾ ਹੋਊਗਾ, ਉਹ ਇੱਕ ਲੈ ਕੇ ਨਾ ਇੱਕ ਸਥਿਤੀ ਨੂੰ, ਉਹ ਉਹਨਾਂ ਦੀ ਮਾਨਸਿਕਤਾ ਨੂੰ ਵੀ ਟੱਚ ਕਰੂਗਾ ਔਰ ਉਹਨੂੰ ਬਦਲੂਗਾ ਵੀ। ਜਦੋਂ ਬਦਲ ਗਈ ਉਦੋਂ ਇਹੋ ਜਿਹੀਆਂ ਫਿਲਮਾਂ ਚੱਲਣਗੀਆਂ। ਪ੍ਰਤਿਭਾ ਇੱਕ ਅੰਦਰਲੀ ਚੀਜ਼ ਹੈ। ਇਹ ਪ੍ਰਤਿਭਾ ਜਦੋਂ ਸਫਲਤਾ ਸਾਹਿਤ ਪ੍ਰਕਾਸ਼ਮਾਨ ਹੁੰਦੀ ਹੈ
ਤਾਂ ਉਹ ਵਾਤਾਵਰਨ ਦੀਆਂ ਰੁਕਾਵਟਾਂ ਦੀ ਪਰਵਾਹ ਕੀਤੇ ਬਗੈਰ ਪ੍ਰਗਟ ਹੁੰਦੀ ਹੈ। ਪ੍ਰੋਫੈਸਰ ਗੁਰਦਿਆਲ ਸਿੰਘ ਨੇ ਜਿੰਨਾ ਯਤਨ ਸਿਰਜਣਸ਼ੀਲ ਪ੍ਰਗਟਾਵੇ ਲਈ ਕੀਤਾ ਹੈ ਅਤੇ ਜਿਸ ਲਗਾਤਾਰ ਖਾਮੋਸ਼ ਸਾਧਨਾ ਨਾਲ ਕੀਤਾ ਹੈ ਉਹ ਨਿਰਸੰਦੇਹ ਮਾਣ ਵਾਲੀ ਗੱਲ ਵੀ ਹੈ ਤੇ ਪ੍ਰੇਰਨਾ ਵਾਲੀ ਗੱਲ ਵੀ ਹੈ। ਪ੍ਰੋਫੈਸਰ ਗੁਰਦਿਆਲ ਸਿੰਘ ਅੱਜ ਕੱਲ ਭਾਵੇਂ ਸਿਹਤ ਪੱਖੋਂ ਕੁਝ ਠੀਕ ਨਹੀਂ ਪਰ ਉਸਦੀ ਦਿਲੀ ਇੱਛਾ ਹੈ ਕਿ ਉਹ ਆਪਣੇ ਵਿੱਢੇ ਹੋਏ ਕੰਮ ਨੂੰ ਸਫਲਤਾ ਸਹਿਤ ਨੇਪਰੇ ਚੜਾ ਸਕੇ ਤੇ ਜਿੰਨੀ ਹੋਰ ਪੰਜਾਬੀ ਸਾਹਿਤ ਦੀ ਸੇਵਾ ਹੈ ਉਹ ਕਰ ਸਕੇ। ਛਾਲਾ ਪੰਜਾਬੀ ਸਾਹਿਤ ਜਗਤ ਦੇ ਇਸ ਪੁੰਨਿਆਂ ਦੇ ਚੰਨ ਦੀ ਲੰਬੀ ਉਮਰ ਹੋਵੇ ਤੇ ਉਹ ਸਾਡੀਆਂ ਸਾਹਿਤਕ ਭੁੱਖਾਂ ਨੂੰ ਲੰਬੇ ਸਮੇਂ ਤੱਕ ਸੰਤੁਸ਼ਟ ਕਰਦਾ ਰਹੇ।